ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮਨੂ ਵੱਢਿਆ ਅਸੀਂ ਦੂਣ ਸਵਾਏ ਹੋਏ। ਪਤਾ ਲੱਗਾ ਕਿ ਸਰਕਾਰ ਨੇ ਰਿਕੁਐਸਟ ਕੀਤੀ ਸੀ ਦਿੱਲੀ ਤੋਂ ਕਿ ਸਾਨੂੰ ਤੁਹਾਡੇ ਸਟੇਡੀਅਮ ਚਾਹੀਦੇ ਆ, ਅਸੀਂ ਜੇਲ੍ਹਾਂ ਬਣਾਉਣੀਆਂ। ਸ਼ਾਇਦ ਸਰਕਾਰ ਨੇ ਸਾਡੀ ਹਿਸਟਰੀ ਨਹੀਂ ਪੜ੍ਹੀ, ਉਹਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਲਈ ਸ਼ਾਨ ਹੁੰਦੀਆਂ ਜੇਲ੍ਹਾਂ। ਜਿਹੜੀ ਫਾਂਸੀ ਦੇ ਫੰਦੇ ਹੁੰਦੇ ਨਾ, ਉਹ ਸਾਡੇ ਹਾਰ ਹੁੰਦੇ ਆ। ਇਹ ਸਾਡੀ ਹਿਸਟਰੀ ਆ। ਇਹ ਹਿਸਟਰੀ ਪੜ੍ਹ ਪੜ੍ਹ ਕੇ ਅਸੀਂ ਰਾਤਾਂ ਆਪਣੀਆਂ ਪੜ੍ਹਾਈ ਕੀਤੀ ਹੈ। ਜਦੋਂ ਸਾਨੂੰ ਪਤਾ ਲੱਗਦਾ, ਜਦੋਂ ਅਸੀਂ ਸੋਚਦੇ ਹਾਂ ਆਪਣੇ ਬਜ਼ੁਰਗਾਂ ਬਾਰੇ, ਜੇ ਮੈਂ ਆਪਣੀ ਇਹ ਹਰ ਇੱਕ ਘਰ ਦੀ ਹਿਸਟਰੀ ਹੈ, ਜੇ ਮੈਂ ਆਪਣੇ ਘਰ ਦੀ ਤੁਹਾਨੂੰ ਹਿਸਟਰੀ ਝਾੜਨਾ ਸ਼ੇਅਰ ਕਰਾਂ, ਮੇਰੇ ਬਾਬਾ ਜੀ, ਮੇਰੇ ਪੜਦਾਦਾ ਜੀ, ਮੇਰੇ ਫਾਦਰ ਸਾਹਿਬ, ਉਹ ਕੋਈ ਮੋਰਚਾ ਨਹੀਂ ਆ ਜਿਨ੍ਹਾਂ 'ਚ ਉਹ ਗਏ ਨਹੀਂ, ਉਹਨਾਂ ਦੇ ਜਥੇ ਨਹੀਂ ਗਏ। ਭਾਵੇਂ ਉਹ ਪੰਜਾਬੀ ਸੂਬਾ ਸੀ, ਭਾਵੇਂ ਉਹ 1947 ਵਿੱਚ ਮੁਸਲਮਾਨਾਂ ਨੂੰ ਬਾਰਡਰ ਤੱਕ ਲੈ ਕੇ ਜਾਣ ਦੀ ਗੱਲ ਸੀ, ਧਰਮ ਯੁੱਧ ਮੋਰਚਾ, ਕਿਸਾਨੀ ਮੋਰਚਾ, ਮੇਰੇ ਗ੍ਰੈਂਡਫਾਦਰ ਨੇ ਆਪਣੇ ਪਿੰਡ ਵਿੱਚ ਜਲਸੇ ਰੱਖਦੇ ਸੀ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ। ਜੇ ਮੈਂ ਆਪਣੇ ਮਦਰ ਦੀ ਸਾਈਡ 'ਤੇ ਚੱਲ ਜਾਂ, ਅਤੇ 16 ਸਾਲ ਦੀ ਉਮਰ 'ਚ ਮੇਰੇ ਪੜਨਾਨਾ ਜੀ ਸਰਦਾਰ ਤਾਰਾ ਸਿੰਘ ਜੀ ਢਿੱਲੋਂ ਜੇਤੋ ਦੇ ਮੋਰਚੇ ਵਿੱਚ ਚਲ ਗਏ ਸੀ। ਉਹਨਾਂ ਦੀਆਂ ਚਿੱਠੀਆਂ ਜੇਲ੍ਹ 'ਚੋਂ, ਜੇਲ੍ਹ 'ਚ ਸਰਦਾਰ ਤੇਜਾ ਸਿੰਘ ਸਮੁੰਦਰੀ ਹੋਣਾ ਦੇ ਨਾਲ ਉਹ ਜੇਲ੍ਹ ਦੇ ਵਿੱਚ ਸੀ, ਸਰਦਾਰ ਜਗਤ ਸਿੰਘ ਜੀ ਤੋੜ, ਅਤੇ ਉਹਨਾਂ ਦੀਆਂ ਜਿਹੜੀਆਂ ਜੇਲ੍ਹ ਦੀਆਂ ਜਿਹੜੀਆਂ ਚਿੱਠੀਆਂ ਸੀ, ਉਹ ਚਿੱਠੀਆਂ ਵਿੱਚ ਉਹ ਦੱਸਦੇ ਜਦੋਂ ਉਹਨੂੰ ਟੋਰਚਰ ਕੀਤਾ ਗਿਆ, ਉਹਨਾਂ ਦੇ ਸਰੀਰ ਤੋਂ ਕੱਪੜੇ ਲਾਹ ਕੇ ਉਹਨਾਂ ਦੇ ਉੱਪਰ ਤੇਲ ਪਾ ਦਿੰਦੇ ਸੀ, ਫਿਰ ਜਿਹੜੇ ਗੋਰੇ ਸੀ ਉਹ ਉਹਨਾਂ ਦੇ ਉੱਤੇ ਤੁਰਦੇ ਸੀ, ਅਤੇ ਜਦੋਂ ਉਹ ਜੇਲ੍ਹ 'ਚੋਂ ਆਏ ਕਦੀ ਵੀ ਉਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਵਾਪਸ ਨਹੀਂ ਆ ਸਕਿਆ। ਪਰ ਸਾਡੇ ਲਈ ਉਹ ਸ਼ਾਨ ਵਾਲੀ ਗੱਲ ਸੀ। ਮੈਨੂੰ ਪਤਾ ਹਜੇ ਵੀ ਜਦੋਂ ਕਈ ਵਾਰੀ ਰਾਤ ਨੂੰ ਥੱਕ ਜਾਈਦਾ, ਟੁੱਟ ਜਾਈਦਾ, ਉਹਨਾਂ ਬਾਰੇ ਸੋਚ ਲਈਦਾ ਕਿ ਯਾਰ ਇਹ ਸਾਡੇ ਵੱਡੇ ਵਡੇਰਿਆਂ ਨੇ ਇਹ ਕੰਮ ਕੀਤੇ ਆ। ਸੋ ਸਾਡੇ ਲਈ ਸ਼ਾਨ ਦੀਆਂ ਗੱਲਾਂ ਨੇ ਮੋਦੀ ਸਾਹਿਬ, ਇਹ ਜੇਲ੍ਹਾਂ, ਮੌਤ ਤੋਂ ਇਹ ਪੰਜਾਬੀ ਨਹੀਂ ਡਰਦੇ। ਪਰ ਅਫਸੋਸ ਦੀ ਗੱਲ ਬਸ ਇੰਨੀ ਆ, ਉਹ ਗੋਰੇ ਸੀ, ਸਾਡਿਆਂ ਨੇ ਆਜ਼ਾਦੀ ਲਈ, ਪਰ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਫਿਰ ਇਹ ਕੁਝ ਹੋ ਜਾਣਾ। ਅਤੇ ਸ਼ਾਇਦ ਇਹ 'ਚ ਸਾਨੂੰ ਇੱਕ ਲੈਸਨ ਆ ਕਿ ਸ਼ਹੀਦੀ ਪਾਉਣਾ ਕਦੀ ਵੀ ਸਾਡਾ ਗੋਲ ਨਹੀਂ ਹੋਣਾ ਚਾਹੀਦਾ। ਜੇ ਅਸੀਂ ਜਿੰਦਾ ਰਹਾਂਗੇ ਤੇ ਅੱਗੇ ਅਸੀਂ ਚੱਲ ਸਕਦੇ ਹਾਂ। ਬਾਕੀ ਮੈਨੂੰ ਪੰਜਾਬ ਦੀ ਆਵਾਮ ਨੂੰ ਮੈਂ ਇੱਕੋ ਗੱਲ ਕਹੂੰਗਾ, ਬਾਬਾ ਸੋਹਣ ਸਿੰਘ ਭਗਨਾ ਵਰਗੇ ਲੋਕਾਂ ਨੂੰ ਅਸੀਂ ਹਰਾਤਾ ਸੀ ਇਲੈਕਸ਼ਨਾਂ ਵਿੱਚ। ਅੱਜ ਫਿਰ ਉਹੀ ਦੌਰ ਆ ਗਿਆ, ਜਿਹੜੇ ਲੀਡਰ ਤੁਸੀਂ ਚੁਣੇ ਸੀ ਅੱਜ ਕੌਣ ਤੁਹਾਡੇ ਨਾਲ ਆ? ਸਾਨੂੰ ਵੇਖਣਾ ਪਊਗਾ ਅਸੀਂ ਲੀਡਰ ਕਿਹਨੂੰ ਚੁਣਦੇ ਹਾਂ। ਪੰਜਾਬੀਓ, ਅਸੀਂ ਤਾਂ ਕੁੱਤਾ ਵੀ ਨਸਲ ਵੇਖ ਕੇ ਲੈਂਦੇ ਹਾਂ, ਅਤੇ ਬੇਨਸਲੀਆਂ ਨੂੰ ਤੁਸੀਂ ਕਿੱਦਾਂ ਆਪਣੇ ਲੀਡਰ ਬਣਾ ਲਿਆ? ਬਾਕੀ ਅੱਜ ਬਹੁਤ ਹੀ ਇੰਪੋਰਟੈਂਟ ਟੋਪਿਕ ਹੈ ਜਿਹੜਾ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ। ਰੋਣਾ ਆਉਂਦਾ ਜਦੋਂ ਅਸੀਂ ਮਾਵਾਂ ਭੈਣਾਂ ਨੂੰ ਵੇਖਦਾ, ਮੈਂ ਦਿੱਲੀ ਵਿੱਚ ਜਦੋਂ ਉਹ ਜਾਣਦੇ, ਉਹਨਾਂ 'ਤੇ ਟੀਅਰ ਗੈਸ ਛੱਡੀ ਜਾਂਦੀ ਆ। ਉਹ ਜਿਹੜੇ ਹੱਥਾਂ 'ਤੇ ਉਹਨਾਂ ਨੇ ਸੋਟੀਆਂ ਮਾਰੀਆਂ, ਉਹ ਵੀ ਕਿਸਾਨਾਂ ਦੇ ਪੋਤੇ ਆ, ਉਹ ਪੁਲਿਸ ਵਾਲੇ ਵੀ ਕਿਸਾਨਾਂ ਦੇ ਪੋਤੇ ਆ, ਪਰ ਪਤਾ ਨਹੀਂ ਉਹਨਾਂ ਦਾ ਦਿਮਾਗ ਕਿਉਂ ਖਰਾਬ ਹੋ ਗਿਆ। ਸ਼ਾਇਦ ਉਹ ਲੀਡਰਸ਼ਿਪ ਦੀ ਗੱਲ ਆ। ਪਰ ਉਹ ਤੋਂ ਵੀ ਜ਼ਿਆਦਾ ਧਾਨੇ ਲੋਕ ਨੇ ਜਿਹੜੇ ਉਹਨਾਂ ਨੂੰ ਮਾਰਦੇ ਆ, ਉਹਨਾਂ ਨੂੰ ਵੀ ਲੰਗਰ ਛਕਾਉਂਦੇ ਆ। ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ। ਸੋ ਅੱਜ ਮੇਰੇ ਬਹੁਤ ਹੀ ਦੋ ਸਪੈਸ਼ਲ ਗੈਸਟ ਨੇ, ਆਪਾਂ ਗੱਲਬਾਤ ਕਰਨੀ ਆ ਇਹ ਜਦੋਂ ਮਾਹੌਲ ਬਣਦਾ, ਇਹ ਰਾਈਟ ਦਾ ਮਾਹੌਲ ਬਣਦਾ, ਉਹ ਤੋਂ ਆਪਾਂ ਕਿੱਦਾਂ ਬਚ ਸਕਦੇ ਹਾਂ, ਭਾਵੇਂ ਉਹ ਟੀਅਰ ਗੈਸ ਆ। ਕਿਉਂਕਿ ਮੈਨੂੰ ਕਾਫ਼ੀ ਪਿੱਛੇ ਉਹ ਜੇ ਵੀਡੀਓਜ਼ ਆ ਰਹੀਆਂ, ਲੱਖਾ ਸਿੰਘ ਸਧਾਣਾ ਉਹਨਾਂ ਦੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਟੀਅਰ ਗੈਸ ਦੀ, ਉਹ ਤੋਂ ਕਿੱਦਾਂ ਬਚਣਾ। ਅਸੀਂ ਵੀ ਆਪਣੇ ਐਜ਼ ਅ ਡਾਕਟਰ ਤੁਹਾਡੇ ਤੱਕ ਉਹ ਚੀਜ਼ਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ, ਟੀਅਰ ਗੈਸ, ਵਾਟਰ ਕੈਨਨਸ, ਇਹ ਚੀਜ਼ਾਂ ਤੋਂ ਤੁਸੀਂ ਕਿੱਦਾਂ ਬਚ ਸਕਦੇ ਹੋ, ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ। ਮੇਰੇ ਦੋ ਹੀ ਸਪੈਸ਼ਲ ਗੈਸਟ ਨੇ, ਡਾਕਟਰ ਅਮਨਪ੍ਰੀਤ ਧਾਲੀਵਾਲ ਵਿਸਕਾਨਸਨ ਤੋਂ, ਜੋ ਕਿ ਫੈਮਿਲੀ ਮੈਡੀਸਨ ਫਿਜ਼ੀਸ਼ੀਅਨ ਨੇ, ਅਤੇ ਨਾਲ ਡਾਕਟਰ ਅਮਨਦੀਪ ਟਗੋਰ, ਜੋ ਕਿ ਟੈਕਟੀਕਲ ਫਿਜ਼ੀਸ਼ੀਅਨ ਨੇ ਸਵਾਟ ਟੀਮ ਦੇ ਨਾਲ ਨਿਊ ਜਰਸੀ ਦੇ ਵਿੱਚ। ਇਹ ਪੁਲਿਸ ਨੂੰ ਵੀ ਪ੍ਰੋਟੈਕਟ ਕਰਦੇ ਨੇ, ਰਾਈਟਿੰਗ ਜਦੋਂ ਹੁੰਦੀ ਆ ਨਿਊ ਜਰਸੀ ਦੀ ਪੁਲਿਸ ਨੂੰ ਅਮੈਰੀਕਾ ਵਿੱਚ, ਅਤੇ ਨਾਲ ਇਹ ਉਹ ਲੋਕਾਂ ਨੂੰ ਵੀ ਪ੍ਰੋਟੈਕਟ ਕਰਦੇ ਨੇ ਜਿਹੜੇ ਲੋਕ ਇਹ ਪ੍ਰੋਟੈਸਟ ਵਿੱਚ ਇੰਜਰ ਹੁੰਦੇ ਆ। ਸੋ ਸਤਿ ਸ਼੍ਰੀ ਅਕਾਲ ਜੀ ਡਾਕਟਰ ਟਗੋਰ, ਸਤਿ ਸ਼੍ਰੀ ਅਕਾਲ ਜੀ ਡਾਕਟਰ ਧਾਲੀਵਾਲ। ਐਨੀ ਓਪਨਿੰਗ ਵਰਡਸ ਡਾਕਟਰ ਟਗੋਰ? ਹਾਂਜੀ, ਇਹ ਜਿਹੜਾ ਟੋਪਿਕ ਹੈ ਕਾਫ਼ੀ ਇੰਪੋਰਟੈਂਟ ਟੋਪਿਕ ਹੈਗਾ, ਕਿਉਂਕਿ ਪਹਿਲੀ ਵਾਰ ਅਸੀਂ ਦੇਖ ਰਹੇ ਨੇ ਜਿਹੜੇ ਆਪਣੇ ਲੋਕ ਰਾਇਟ ਅਤੇ ਕੈਮੀਕਲ ਏਜੰਟ ਨਾਲ ਥੋੜ੍ਹਾ ਵਾਹ ਨੇ ਰਹੇ ਨੇ। ਅਤੇ ਖਾਸ ਤੌਰ 'ਤੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਹੈਗਾ ਕਿ ਜਿੰਨੀ ਵੀ ਸਟੱਡੀ ਹੋਈ ਆ, ਜੇ ਤੁਸੀਂ ਪੜ੍ਹੋਗੇ ਟੀਅਰ ਗੈਸ ਬਾਰੇ ਜਾਂ ਪੈਪਰ ਸਪਰੇ ਬਾਰੇ, ਇਹ ਸਾਰੀ ਜਿਹੜੀ ਸਟੱਡੀਜ਼ ਹੈਗੀਆਂ ਇਹ ਯੰਗ ਲੋਕਾਂ ਦੇ ਉੱਤੇ ਹੈਗੀਆਂ, ਜਿਹੜੇ ਮਿਲਟਰੀ 'ਚ ਹੈਗੇ ਆ, 20-25 ਸਾਲ ਦੇ ਬੱਚੇ ਹੈਗੇ ਆ, ਉਹਨਾਂ ਦੇ
ਉਹਨਾਂ ਨੂੰ ਐਕਸਪੋਜ਼ ਕੀਤਾ ਹੈਗਾ ਅਤੇ ਉਹਨਾਂ ਨੂੰ ਉਹਨਾਂ ਬੱਚਿਆਂ ਨੂੰ ਸਟੱਡੀ ਕੀਤਾ ਹੈਗਾ ਕਿ ਕਿਸ ਤਰ੍ਹਾਂ ਜਿਹੜੀ ਗੈਸ ਹੈਗੀ ਆ ਕਿਵੇਂ ਰਿਐਕਟ ਹੁੰਦੀ ਹੈ, ਅਤੇ ਸਾਰੇ ਜਣ ਲੋਕ ਜਿਹੜੇ ਹੈਗੇ ਨੇ ਇਹ ਗੈਸ ਨੂੰ ਐਕਸਪੋਜ਼ਰ ਹੋ ਕੇ ਫਿਰ ਇੱਕਦਮ ਭੱਜ ਜਾਂਦੇ ਹੈਗੇ ਆ। ਸੋ ਜਿਹੜਾ ਐਕਸਪੋਜ਼ਰ ਟਾਈਮ ਹੈਗਾ ਉਹ ਬਹੁਤ ਘੱਟ ਹੁੰਦਾ ਹੈਗਾ। ਇਹ ਜਿਹੜੀ ਗੈਸ ਹੈਗੀ ਹੈ, ਇਹ ਜਿਹੜੀ ਸਪਰੇਅ ਕੈਮੀਕਲ ਜਿਹੜੀ ਤੁਹਾਨੂੰ ਐਕਸਪੋਜ਼ਰ ਹੋ ਰਹੀ ਹੈਗੀ ਹੈ, ਇਹ ਕਦੀ ਬਜ਼ੁਰਗਾਂ ਨੂੰ, ਕਦੀ ਬੱਚਿਆਂ ਨੂੰ, ਨਾ ਕਦੀ ਜਨਾਨੀਆਂ ਨੂੰ ਇਹ ਕਦੀ ਐਕਸਪੋਜ਼ਰ ਹੋਇਆ ਹੋਇਆ ਹੈਗਾ। ਨਾਲੇ ਆਪਣੇ ਬਜ਼ੁਰਗ ਇੰਨੀ ਛੇਤੀ ਡਿਸਪਰਸ ਮਤਲਬ ਭੱਜ ਨਹੀਂ ਸਕਦੇ ਗੈਸ ਤੋਂ, ਸੋ ਇਹਨਾਂ ਦਾ ਐਕਸਪੋਜ਼ਰ ਟਾਈਮ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਹੋਊਗਾ। ਸੋ ਇਹ ਟੋਪਿਕ ਬਹੁਤ ਹੀ ਜ਼ਰੂਰੀ ਹੈਗਾ ਕਿਉਂਕਿ ਜਿਹੜੇ ਲੋਂਗ ਟਰਮ ਇਫੈਕਟਸ ਹੈਗੇ ਆ ਆਪਣੇ ਐਕਸਪੋਜ਼ਰ ਨੂੰ ਜਿਹੜੇ ਗੈਸ ਤੋਂ ਹੈਗਾ ਉਹ ਹੋ ਸਕਦੇ ਆ ਇਸ ਬਾਰੇ, ਅਤੇ ਇਹ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਕਿ ਮੈਂ ਸਭ ਤੋਂ ਜ਼ਿਆਦਾ ਇੰਪੋਰਟੈਂਸ ਕਰੂੰਗਾ ਕਿ ਸਾਡੇ ਲੋਕ ਬੜੇ ਮੌਜੂਦ ਹੈਗੇ ਆ, ਬੜੇ ਰਿਜ਼ੀਲੀਅੰਟ ਹੈਗੇ ਕਿ ਨਹੀਂ ਹਟੂਗੇ ਅਤੇ ਸਿੱਧੇ ਆਪਣੇ ਗੈਸ ਵੱਲ ਚੱਲ ਤੁਰ ਹੀ ਜਾਊਂਗੇ, ਲੇਕਿਨ ਆਪਣੀ ਹੈਲਥ ਵਾਸਤੇ ਜ਼ਰੂਰੀ ਦੇਖਣਾ ਚਾਹੀਦਾ ਹੈਗਾ ਕਿ ਕਦ ਡਿਸਪਰਸ ਹੋਣਾ ਚਾਹੀਦਾ, ਜਦ ਗੈਸ ਆਏਗੀ ਅਤੇ ਕਦ ਨਹੀਂ। ਸ਼ਾਇਦ ਡਾਕਟਰ ਟੈਗੋਰ ਇਹ ਸਰਕਾਰ ਦੀ ਵੀ ਇਹ ਸਰਕਾਰ ਜਿਹੜੀ ਸਰਕਾਰ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਇਹ ਜੋਬ ਬਣਦੀ ਕਿ ਲੋਕਾਂ ਨੂੰ ਪ੍ਰੋਟੈਕਟ ਕਰਨਾ, ਕਿਉਂਕਿ ਉਹਨਾਂ ਦਾ ਗੋਲ ਇਹ ਨਹੀਂ ਹੈ ਕਿ ਉਹ ਆਵਾਮ ਨੂੰ ਹਰਟ ਕਰਨਾ। ਸੋ ਇਹ ਬੜੀ ਵਧੀਆ ਗੱਲ ਕੀਤੀ ਤੁਸੀਂ ਕਿ ਆਹ ਸਟੱਡੀਜ਼ ਯੰਗ ਲੋਕਾਂ 'ਤੇ ਹੋਈਆਂ ਕਿ ਜੇ ਕੋਈ 90 ਸਾਲ ਦੀ 95 ਸਾਲ ਦੀ ਕੋਈ ਬਜ਼ੁਰਗ ਆ ਸੋਟੀ ਫੜ ਕੇ ਤੁਰਦੀ ਆ, ਜੇ ਉੱਥੇ ਉੱਪਰ ਟੀਅਰ ਗੈਸ ਛੱਡਤੀ ਉਹ ਤੋਂ ਵਿਚਾਰੀ ਕੋਈ ਜਾਇਆ ਕਿਤੇ ਨਹੀਂ ਜਾਣਾ, ਅਤੇ ਜੇ ਬਾਈ ਚਾਂਸ ਉਹਨੂੰ COPD ਜਾਂ ਐਜ਼ਮਾ ਵਰਗੀ ਪ੍ਰੋਬਲਮ ਹੋਈ ਤਾਂ ਉਹ ਤਾਂ ਨਿਰੀ ਉਹਦੇ ਲਈ ਡੈਥ ਸੈਂਟੈਂਸ ਹੋਊਗਾ। ਬਾਕੀ ਡਾਕਟਰ ਧਾਲੀਵਾਲ ਤੁਹਾਡਾ ਕੋਈ ਓਪਨਿੰਗ ਰਿਮਾਰਕਸ? ਅਸੀਂ ਦੇਖੋ ਇਹ ਮਹਾਂਮਾਰੀ ਦਾ ਟਾਈਮ ਆ, ਕੋਵਿਡ ਦਾ ਜ਼ਮਾਨਾ ਚੱਲ ਰਿਹਾ ਆ, ਸਾਰੇ ਆਪਣੇ ਆਪਣੇ ਘਰਾਂ 'ਚ ਸੇਫਟੀ ਵਾਸਤੇ ਬੈਠੇ ਹੋਏ ਨੇ, ਕਿਸੇ ਨੂੰ ਕੋਈ ਸ਼ੌਂਕ ਨਹੀਂ ਬਾਹਰ ਜਾ ਕੇ ਇਹ ਸਭ ਕੁਛ ਕਰਨ ਦਾ, ਠੀਕ ਹੈ ਜੀ। ਬਟ ਜਦੋਂ ਕੋਈ ਤੁਹਾਡੇ ਹੱਥੋਂ ਤੁਹਾਡਾ ਭਵਿਸ਼ਕ ਹੋ ਰਿਹਾ ਹੋਵੇ, ਤੁਹਾਡੀ ਰੋਜ਼ੀ ਰੋਟੀ ਹੋ ਰਿਹਾ ਹੋਵੇ, ਘਰ ਬਹਿਣਾ ਔਖਾ ਹੋ ਜਾਂਦਾ ਆ। ਉਹ ਬਜ਼ੁਰਗ ਜਿਵੇਂ ਕਿ ਡਾਕਟਰ ਟੈਗੋਰ ਨੇ ਤੁਸੀਂ ਗੱਲ ਕੀਤੀ ਹੈ, 90-90 ਸਾਲਾਂ ਦੇ ਬੱਚੇ ਛੋਟੇ ਆਪਣਾ ਟਰਾਲਿਆਂ 'ਚ ਪਿੱਛੇ ਬੈਠੇ ਹੋਮਵਰਕ ਕਰ ਰਹੇ ਨੇ, ਉਹਨਾਂ 'ਤੇ ਟੀਅਰ ਗੈਸ ਸੁੱਟੀ ਜਾ ਰਹੀ ਆ, ਇਹ ਬਹੁਤ ਮਤਲਬ ਇਟਸ ਸਮਥਿੰਗ ਟੂ ਰੀਲੀ ਥਿੰਕ ਅਬਾਊਟ। ਅਤੇ ਕਿਸਾਨਾਂ ਨੂੰ ਫਿਲਹਾਲ ਬਹੁਤ ਸਪੋਰਟ ਦੀ ਜ਼ਰੂਰਤ ਹੈ, ਅਤੇ ਸਾਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਯਾ ਆਈ ਥਿੰਕ ਕੋਵਿਡ ਦਾ ਟਾਈਮ ਆ, ਸਾਡੀ ਇੱਕ ਲੜਾਈ ਅੱਗੇ ਲੱਗੀ ਸੀ ਡਾਕਟਰਾਂ ਵੱਲੋਂ ਕਿ ਅਸੀਂ ਕੋਵਿਡ ਨਾਲ ਲੜਨੇ ਹਾਂ, ਇੱਥੋਂ ਤੱਕ ਕਿ ਅਸੀਂ ਆਪਣੇ ਹੋਸਪਿਟਲ ਨਹੀਂ ਛੱਡ ਕੇ ਜਾ ਸਕਦੇ, ਦਿਲ ਤਾਂ ਕਰਦਾ ਪੰਜਾਬ ਉੱਡ ਜਾਈਏ, ਪਰ ਇਹ ਫਿਰ ਅਸੀਂ ਇੱਕ ਲੜਾਈ ਛੱਡ ਕੇ ਦੂਜੀ ਲੜਾਈ ਫੜਾਂਗੇ, ਹੁਣ ਸਾਨੂੰ ਵੀ ਵੇਖਣਾ ਪਊਗਾ ਅਸੀਂ ਕਿਹੜੀ ਲੜਾਈ ਫੜਨੀ ਆ। ਮੈਂ ਰਿਕੁਐਸਟ ਦੇ ਸਾਰੇ ਡਾਕਟਰ ਨੂੰ ਪੰਜਾਬ 'ਚ ਇਹੋ ਹੀ ਕਰਦਾ ਕਿ ਜੇ ਤੁਸੀਂ ਜਾ ਸਕੇ ਜਾਂ ਸਾਰੇ ਹਿੰਦੁਸਤਾਨ 'ਚ ਜੇ ਤੁਸੀਂ ਜਾ ਸਕਦੇ ਜੋ ਦਿੱਲੀ ਜ਼ਰੂਰ ਜਾਓ, ਉੱਥੇ ਵੀ ਡਾਕਟਰਾਂ ਦੀ ਹੁਣ ਲੋੜ ਪੈਣੀ ਹੈ ਜੋ ਹਾਲ ਹੋ ਰਿਹਾ। ਬਾਕੀ ਆ ਆਈ ਡੋਂਟ ਥਿੰਕ ਐਨੀ ਕੋਈ ਵੀ ਜਣਾ ਇਹ ਚਾਹੁੰਦਾ ਨਹੀਂ ਸੀ, ਇਹ ਸਾਨੂੰ ਕਰਨਾ ਪਿਆ। ਇਹ ਅੰਬਾਨੀਆਂ ਦਾਨੀਆਂ ਨੇ, ਇਹ ਮੈਨੂੰ ਨਹੀਂ ਲੱਗਦਾ ਕਿ ਮੋਦੀ ਅਸੀਂ ਮੋਦੀ ਮੋਦੀ ਕਹਿੰਦੇ ਹਾਂ, ਪਰ ਇਕੱਲਾ ਮੋਦੀ ਮੋਦੀ ਨਾ ਕਰੋ, ਅਦਾਨੀ ਅੰਬਾਨੀ ਉਹਨਾਂ ਨੂੰ ਬਾਈਕਾਟ ਕਰੋ, ਜਿਹੜੇ ਸਾਡੇ ਪੰਜਾਬ ਦੇ ਲੀਡਰ ਆ ਜਿਨ੍ਹਾਂ ਨੇ ਸਾਡੀ ਇਹ ਹਾਲਾਤ ਕੀਤੇ, ਉਹਨਾਂ ਦਾ ਨਾਮ ਵੀ ਲੈਣਾ ਜ਼ਰੂਰੀ ਬਣਦਾ। ਸਾਰਿਆਂ ਦਾ ਨਾਮ ਲਓ, ਇਕੱਲਾ ਮੋਦੀ ਮੋਦੀ 'ਤੇ ਨਾ ਰਹਿ ਜਾਓ। ਬਾਕੀ ਚਲੋ ਸ਼ੁਰੂ ਕਰਦੇ ਅੱਜ ਦੀ ਡਿਸਕਸ਼ਨ ਕੋਵਿਡ ਤੋਂ। ਹੁਣ ਕਰੋਨਾ ਵਾਇਰਸ 'ਚ ਸਾਨੂੰ ਪਤਾ, ਸਾਨੂੰ ਉਹ 6 ਫੀਟ ਡਿਸਟੈਂਸ ਦੱਸਿਆ ਗਿਆ, ਮਾਸਕ ਪਾਉਣ ਦੀ ਲੋੜ ਦੱਸੀ ਗਈ ਆ, ਪਰ ਜਦੋਂ ਆਪਾਂ ਲੰਗਰ ਬਣਾਉਂਦੇ ਹਾਂ, ਲੰਗਰ ਸਰਵ ਕਰਦੇ ਹਾਂ, ਇਕੱਠੇ ਬਹਿੰਦੇ ਹਾਂ, ਪਲਾਨ ਕਰਦੇ ਹਾਂ, ਟੈਕਟਿਕਸ ਹੁੰਦੇ ਆ, ਟਰਾਲੀਆਂ 'ਤੇ ਜਾਂਦੇ ਆ ਆਉਂਦੇ ਆ, ਮਾਸਕ ਪਾਉਣੇ ਔਖੇ ਹੋ ਜਾਂਦੇ ਆ। ਸੋ ਡਾਕਟਰ ਟੈਗੋਰ ਤੁਸੀਂ ਪਹਿਲਾਂ ਦੱਸ ਸਕੋ ਕਿ ਤੁਹਾਡੀ ਕੀ ਫੀਲਿੰਗਸ ਆ, ਕਿੱਦਾਂ ਲੋਕ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਇਸ ਟਾਈਮ 'ਤੇ? ਇਸ ਟਾਈਮ 'ਤੇ ਕਾਫੀ ਮੁਸ਼ਕਿਲ ਹੈ ਕਿਉਂਕਿ ਡਿਸਟੈਂਸ ਕਾਫੀ ਘੱਟ ਜਾਂਦਾ ਹੈਗਾ, ਅਤੇ ਆਪਣਾ ਖਾਣ ਪੀਣ ਦਾ ਇਸਤੇਮਾਲ ਵੀ ਕਾਫੀ ਇਕੱਠਾ ਹੋ ਜਾਂਦਾ ਹੈਗਾ, ਅਤੇ ਰਾਤਾਂ ਨੂੰ ਵੀ ਠੰਡੀ ਹੁੰਦੀ ਹੈ, ਸੋ ਲੋਕ ਇਕੱਠੇ ਥੋੜ੍ਹੇ ਆਪਣੇ ਰੈਜੀਡੈਂਸੀ 'ਤੇ ਸੌਣ ਦਾ ਵੀ ਟਾਈਮ ਜਿਹੜਾ ਹੈਗਾ ਬੰਦੋਬਸਤ ਕਰ ਰਹੇ ਹੈਗੇ ਨੇ। ਸੋ ਇਟਸ ਚੈਲੇਂਜਿੰਗ, ਪਰ ਇਹ ਹੈਗਾ ਕਿ ਜੇ ਤੁਸੀਂ ਮਾਸਕ ਪਾਓਗੇ ਅਤੇ ਤੁਸੀਂ ਬਾਹਰ ਹੋਣਗੇ ਤੁਰ ਰਹੇ ਨੇ, ਇੰਨਾ ਚਲੋ ਸ਼ੁਕਰ ਹੈ ਕਿ ਤੁਸੀਂ ਬਾਹਰ ਹੈਗੇ ਨੇ ਅਤੇ ਵੈਂਟੀਲੇਸ਼ਨ ਤਾਂ ਥੋੜ੍ਹੀ ਹੋ ਰਹੀ ਹੈ, ਜੇ ਤੁਸੀਂ ਮਾਸਕ ਪਾਓਗੇ ਉਹਨਾਂ ਤੋਂ ਘੱਟੋ ਘੱਟ ਠੀਕ ਹੈ। ਜੇ ਤੁਸੀਂ ਰੋਟੀ ਬਣਾ ਰਹੇ ਹੈਗੇ ਹਾਂ ਕਿਸੇ ਦੀ ਜਾਂ ਲੰਗਰ ਬਣਾ ਰਹੇ ਨੇ, ਅਤੇ ਉਹ ਤੁਸੀਂ ਆਪਣਾ ਜ਼ਰੂਰ ਆਪਣਾ ਹੱਥ ਧੋ ਕੇ ਅਤੇ ਆਪਣਾ ਮਾਸਕ ਪਾ ਕੇ ਫਿਰ ਜ਼ਰੂਰ ਆਪਣਾ ਲੰਗਰ ਬਣਾਉਣਾ, ਅਤੇ ਫਿਰ ਰੋਟੀ ਲੰਗਰ ਛਕਣ ਤੋਂ ਪਹਿਲੇ ਆਪਣਾ ਹੱਥ ਚੰਗੀ ਤਰ੍ਹਾਂ ਧੋ ਕੇ ਅਤੇ ਫਿਰ ਆਪਣਾ ਲੰਗਰ ਛਕੋ। ਸੋ ਇਹ ਥੋੜ੍ਹੀ ਚੀਜ਼ਾਂ ਜਿਹੜੀ ਆਪਣੀ ਬੇਸਿਕ ਪ੍ਰਿੰਸੀਪਲਸ ਹੈਗੀਆਂ, ਕਿਉਂਕਿ ਅਸੀਂ ਬਾਹਰ ਹੈਗੇ ਹਾਂ, ਇਨਵਾਇਰਮੈਂਟ ਦੇ ਵਿੱਚ ਐਕਸੈਸ ਵੀ ਥੋੜ੍ਹਾ ਘੱਟ ਹੋਏਗਾ ਪਾਣੀ ਅਤੇ ਸਾਬਣ ਅਤੇ ਹੈਂਡ ਸੈਨੇਟਾਈਜ਼ਰ ਨੂੰ, ਪਰ ਇਹ ਵੀ ਥੋੜ੍ਹੀ ਕੋਸ਼ਿਸ਼ ਕਰੋ ਕਿ ਇਸ ਟਾਈਮ 'ਤੇ ਜ਼ਰੂਰੀ ਮੌਕਾ ਹੁੰਦਾ ਜਦ ਤੁਸੀਂ ਆਪਣੇ ਹੱਥ ਨੂੰ ਆਪਣਾ ਮੂੰਹ ਲਾਓਗੇ ਕਿ ਉਸ ਟਾਈਮ 'ਤੇ ਤੁਸੀਂ ਆਪਣਾ ਜ਼ਰੂਰੀ ਹੱਥ ਚੰਗੀ ਤਰ੍ਹਾਂ ਸਾਫ਼ ਰਹੋਣ। ਆਈ ਥਿੰਕ ਟ੍ਰਬਲ ਡਾਕਟਰ ਟੈਗੋਰ ਇਹ ਹੋਣੀ ਆ ਕਿ ਓਪਨਨੈਸ ਵਿੱਚ ਪਾਣੀ ਲੱਭਣਾ ਬੜਾ ਔਖਾ,
ਅਗੇਨ ਗੱਲ ਉਹ ਸਾਬਣ ਕਿੱਥੋਂ ਆਊਗਾ, ਪਾਣੀ ਕਿੱਥੋਂ ਆਊਗਾ, ਬਾਕੀ ਮਾਸਕ ਜੇ ਕਿਸੇ ਕੋਲ ਨਹੀਂ ਹੈਗਾ ਕਿਸੇ ਸਿੰਘ ਕੋ, ਗੁਰੂ ਸਾਹਿਬ ਨੇ ਬੜੀ ਦੇਣ ਹੈ ਆਪਣੀ ਜਿਹੜੀ ਪੱਗ ਦੀ ਦੇਣ ਆ, ਪੱਗ ਨੂੰ ਲਵੇਟ ਲਓ ਆਪਣੇ ਮੂੰਹ ਦੇ ਅੱਗੇ, ਇਹੋ ਇੱਕ ਚੀਜ਼ ਕਰ ਸਕਦੇ। ਨਾਲੇ ਦੂਜੀ ਗੱਲ ਕਿ ਤੁਸੀਂ ਕੈਮਰਿਆਂ ਦੀ ਨਜ਼ਰ 'ਚ ਨਹੀਂ ਆਓਗੇ, ਐਟਲੀਸਟ ਮੈਂ ਕਹਾਂ ਕਿ ਮੂੰਹ ਜ਼ਰੂਰ ਲਵੇਟੋ, ਇੰਨੇ ਡਰ ਨਾ ਹੋ। ਜਿਹੜੀਆਂ ਸਾਡੀਆਂ ਸਟੱਡੀਜ਼ ਆ ਉਹ ਇਹ ਦੱਸ ਰਹੀਆਂ ਕਿ ਜੇ ਤੁਹਾਨੂੰ ਡਾਇਬਿਟੀਜ਼ ਹਾਈਪਰ ਟੈਂਸ਼ਨ ਆ, ਤੁਹਾਨੂੰ ਸੀਰੀਅਸ ਇੱਥੇ ਤੱਕ ਕਿ ਮੌਤ 20% ਚਾਂਸ ਹੈ ਕਿ ਤੁਸੀਂ ਮਰ ਸਕਦੇ ਜੋ ਕੋਵਿਡ ਤੋਂ, 1 out of 5 ਪੀਪਲ। ਜੇ ਤੁਸੀਂ ਯੰਗ ਜੋ ਤੇ ਫਿਰ ਵੀ ਤੁਹਾਡੇ 1.6% ਚਾਂਸ ਆ ਮੌਤ ਦੇ। ਸੋ ਕੋਈ ਵੀ ਭਾਵੇਂ ਤੁਹਾਨੂੰ ਕੋਈ ਵੀ ਕੰਡੀਸ਼ਨ ਨਹੀਂ ਆ, ਫਿਰ ਵੀ ਤੁਹਾਡੇ ਚਾਂਸ ਹੈਗੇ ਆ ਇਹ ਚੀਜ਼ ਤੋਂ ਮਰਨ ਦੇ। ਸੋ ਮੈਂ ਤੁਹਾਨੂੰ ਡਰਾਉਣ ਨਹੀਂ ਦਿਆ, ਮੈਂ ਤੁਹਾਨੂੰ ਹੱਲਾ ਸ਼ੇਰੀ ਦਿੰਦਾ, ਬਸ ਇਹ ਆ ਕਿ ਜਿੰਨੇ ਪ੍ਰੀਕੋਸ਼ਨ ਲੈ ਸਕਦੇ ਉਹਨੇ ਲਓ। ਡਾਕਟਰ ਧਾਲੀਵਾਲ ਤੁਹਾਡੇ। ਹਾਂਜੀ, ਜਿਵੇਂ ਕਿ ਡਾਕਟਰ ਟੈਗੋਰ ਨੇ ਕਿਹਾ ਕਿ ਸੋਸ਼ਲ ਡਿਸਟੈਂਸ ਰੱਖਣੀ ਔਰ ਜੋ 6 ਫੁੱਟ ਦਾ 6 ਫੁੱਟ ਦਾ ਦੀ ਦੂਰੀ ਹੈ ਉਹ ਥੋੜ੍ਹਾ ਔਖਾ ਹੈ ਇਸ ਸਿਚੁਏਸ਼ਨ ਦੇ ਵਿੱਚ। ਜਵਾਨ ਇਕੱਠੇ ਹੋ ਕੇ ਉਹ ਜੋ ਬੈਰੀਅਰ ਤੋੜ ਰਹੇ ਨੇ ਇਕੱਠੇ ਲਾਗੇ ਹੋ ਕੇ, ਇਕੱਠੇ ਹੋ ਕੇ ਮਤਲਬ ਪਲੈਨਿੰਗ ਹੋ ਰਹੀ ਆ, ਗੱਲਬਾਤ ਹੋ ਰਹੀ ਆ, ਉਹਦੇ ਵਿੱਚ ਦੂਰੀ ਰੱਖਣਾ ਔਖਾ ਆ। ਬਾਕੀ ਲੰਗਰ ਪਕਾਇਆ ਜਾ ਰਿਹਾ ਆ, ਕਿ ਬਾਹਰ ਬੈਠੇ ਹੋਏ ਨੇ, ਆਈ ਮੀਨ ਸਾਫ਼ ਪਾਣੀ ਪੀਣ ਲਈ ਬਚਾਇਆ ਜਾ ਰਿਹਾ ਹੈ, ਨਾ ਕਿ ਹੱਥ ਧੋਣਾ ਵੀ ਔਖਾ ਹੋਇਆ ਆ। ਅਤੇ ਆਈ ਥਿੰਕ ਸਭ ਤੋਂ ਜੇ ਹੋਰ ਕੁਛ ਨਹੀਂ ਕਰ ਸਕਦੇ, ਕਮ ਸੇ ਕਮ ਆਪਣੇ ਮਾਸਕ ਪਾ ਕੇ ਰੱਖੋ। ਅਤੇ ਮਾਸਕ ਮੈਂ ਜਿਹਨਾਂ ਨੇ ਪਾਏ ਵੀ ਹੋਏ ਤੁਸੀਂ ਨੋਟ ਕਰੋਗੇ, ਉਹਨਾਂ ਨੇ ਨੱਕ ਨਹੀਂ ਢੱਕੇ ਹੋਏ। ਨੱਕ ਢੱਕਣੇ ਬਹੁਤ ਜ਼ਰੂਰੀ ਆ, ਨੱਕ ਵੀ ਢੱਕਣਾ ਢੱਕਿਆ ਹੋਇਆ ਚਾਹੀਦਾ ਹੈ ਅਤੇ ਮੂੰਹ ਵੀ। ਸਹੀ ਗੱਲ ਹੈ ਤੁਹਾਡੀ। ਅਗਲੀ ਗੱਲ ਜਿਹੜੀ ਵਿਖਣ ਨੂੰ ਮਿਲਦੀ ਹੈ ਬੜੀਆਂ ਲੋਕ ਟੀਅਰ ਗੈਸ ਦੀ ਆ। ਹੁਣ ਟੀਅਰ ਗੈਸ ਛੱਡਣ ਦੇ ਡਾਕਟਰ ਟੈਗੋਰ ਨੇ ਸ਼ੁਰੂ 'ਚ ਕਿਹਾ ਕਿ ਇਹ ਤੇ ਯੰਗ ਲੋਕਾਂ 'ਤੇ ਛੱਡੀ ਜਾਂਦੀ ਕਿਉਂਕਿ ਲੋਕਾਂ ਨੂੰ ਟਾਈਮ ਮਿਲ ਜਾਂਦਾ ਉੱਧਰ ਉੱਧਰ ਹੋਣ ਲਈ। ਦੈਟਸ ਦਾ ਗੋਲ ਆਫ ਟੀਅਰ ਗੈਸ ਕਿ ਲੋਕ ਇੱਧਰ ਉੱਧਰ ਹੋ ਜਾਣ, ਪਰ ਜਿਹੜਾ ਬਜ਼ੁਰਗ 90 ਸਾਲ ਦਾ ਉਹ ਕਿੱਦਾਂ ਵਿਚਾਰਾ ਇੱਧਰ ਉੱਧਰ ਹੋਵੇ। ਇਹ ਸਰਕਾਰ ਨੂੰ ਵੇਖਣਾ ਪਊਗਾ ਕਿ ਤੁਹਾਨੂੰ ਵੀ ਸ਼ਾਇਦ ਪਤਾ ਨਹੀਂ ਕਿ ਟੀਅਰ ਗੈਸ ਕਿਤੇ ਵਰਤੀ ਦੀ ਆ, ਬਜ਼ੁਰਗਾਂ 'ਤੇ ਨਹੀਂ ਵਰਤੀ ਦੀ ਅਤੇ ਲੋਕਾਂ ਦੇ ਤੁਸੀਂ ਵਰਤਣ ਦੇ ਜੋ। ਬਾਕੀ ਪੈਪਰ ਸਪਰੇਅ ਆ, ਸ਼ਾਇਦ ਕਨਫਿਊਜ਼ਨ ਆ ਜਾਂਦੀ ਹੈ। ਬਾਕੀ ਲੱਖਾ ਸਿਧਾਣਾ ਵਾਲੀ ਕੱਲ੍ਹ ਵੀਡੀਓ ਸੀ ਜਿਹੜੀ ਮੈਨੂੰ ਮੇਰੇ ਨਾਲ ਕਿਸੇ ਨੇ ਸ਼ੇਅਰ ਕੀਤੀ, ਉਹ ਗੱਲ ਕਰ ਰਿਹਾ ਕਿ ਗੰਢੇ ਇਕੱਠੇ ਕਰੋ, ਉਹਦੇ ਵਿੱਚ ਸੱਚਾਈ ਕਿੰਨੀ ਕਿਆ, ਕਿੱਦਾਂ ਤੁਸੀਂ ਇਹ ਟੀਅਰ ਗੈਸ ਹੁੰਦੀ ਕੀ ਆ, ਪੈਪਰ ਸਪਰੇਅ ਹੁੰਦੀ ਕੀ ਹੈ, ਤੋਂ ਕਿੱਦਾਂ ਬਚ ਸਕਦੇ ਜੋ। ਡਾਕਟਰ ਧਾਲੀਵਾਲ ਤੁਸੀਂ ਪਹਿਲਾਂ ਸ਼ੇਅਰ ਕਰੋ, ਤੁਹਾਡੀ ਕੀ ਇਨਪੁਟ ਹੈ ਚੀਜ਼ ਵਿੱਚ। ਹਾਂਜੀ, ਜਿਹੜੀ ਗੱਲ ਤੁਸੀਂ ਕਹੀ ਆ, ਮੈਂ ਦੇਖੋਗੇ ਤੁਸੀਂ ਕਈ ਲੋਕ ਪਿਆਜ਼ ਦਾ ਪਾਣੀ ਕੱਢ ਕੇ ਕਹਿ ਰਹੇ ਨੇ ਕਿ ਅੱਖਾਂ 'ਚ ਮਾਰੋ ਅਤੇ ਤਾਂ ਉਹ ਨਾਲ ਤਕਲੀਫ ਦੂਰ ਹੋ ਜਾਂਦੀ ਆ, ਦੁੱਧ ਨਾਲ ਅੱਖਾਂ ਧੋ ਰਹੇ ਨੇ। ਦੇਖੋ, ਪਹਿਲੀ ਤਾਂ ਗੱਲ ਇਹ, ਜਦੋਂ ਤੁਹਾਡੇ ਉੱਤੇ ਆਈ ਐਮ ਸ਼ੋਰ ਡਾਕਟਰ ਟੈਗੋਰ ਮੇਰੇ ਤੋਂ ਬਿਹਤਰ ਐਕਸਪਲੇਨ ਕਰ ਪਾਉਣਗੇ, ਬਟ ਜਦੋਂ ਟੀਅਰ ਗੈਸ ਛੱਡੀ ਜਾਂਦੀ ਆ ਸਾਡੇ ਜਵਾਨ ਉਹਦੇ ਵੱਲ ਭੱਜਦੇ ਨੇ, ਇਹ ਗਲਤ ਹੈ। ਆਈ ਮੀਨ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਦੂਰ ਰਹਿਣਾ ਚਾਹੀਦਾ ਆ। ਅੱਖਾਂ ਤੱਕ, ਜਿੱਥੇ ਅੱਖਾਂ ਦਾ ਸਵਾਲ ਆਉਂਦਾ ਆ, ਪਾਣੀ ਸਭ ਤੋਂ ਤੁਹਾਡਾ ਮਤਲਬ ਆਸਾਨ ਤਰੀਕਾ ਆ, ਉਹ ਜੋ ਜਲਨ ਅੱਖਾਂ 'ਚ ਹੋ ਰਹੀ ਆ, ਅੱਖਾਂ 'ਚ ਪਾਣੀ ਪਾਓ, ਅੱਖਾਂ ਚਪਕੋ, ਅੱਖਾਂ 'ਚ ਪਾਣੀ ਪਾਓ। ਮੈਂ ਕੀ ਨੋਟ ਕੀਤਾ, ਫੋਟੋ ਆਈਆਂ ਨੇ ਲੋਕ ਪਰਨਿਆਂ ਦੇ ਨਾਲ ਅੱਖਾਂ ਪੂੰਝ ਰਹੇ ਨੇ, ਅੱਖਾਂ ਮਰ, ਜੇ ਤੁਸੀਂ ਅੱਖਾਂ ਮੜੋਗੇ ਉਹ ਟੀਅਰ ਗੈਸ ਦਾ ਜਿਹੜਾ ਅਸਰ ਹੈ ਉਹ ਫੈਲੇਗਾ। ਅੱਖਾਂ ਮਰਨੀਆਂ ਨਹੀਂ, ਉਹਨਾਂ ਹਲਕਾ ਹਲਕਾ ਉਹਨਾਂ 'ਤੇ ਅੱਖ 'ਤੇ ਦੱਬੋਗੇ ਅਤੇ ਉਹ ਸਾਫ਼ ਹੁੰਦਾ ਜਾਏਗਾ। ਬਾਕੀ ਇਹਦਾ ਅਸਰ ਡਾਕਟਰ ਟੈਗੋਰ ਆਈ ਐਮ ਸ਼ੋਰ ਯੂ ਕੈਨ ਐਕਸਪਲੇਨ ਬੈਟਰ, 1/2 ਘੰਟੇ ਤੱਕ ਰਹਿੰਦਾ ਹੈ। ਐਂਡ ਅਗੇਨ ਇਹ ਜੋ ਚੀਜ਼ਾਂ ਨੇ ਇਹ ਸਾਨੂੰ ਸਿਰਫ ਸਟੱਡੀ ਕੀਤੀਆਂ ਗਈਆਂ ਨੇ ਛੋਟੀ ਉਮਰ ਦੇ ਲੋਕਾਂ ਦੇ ਵਿੱਚ। ਸੋ ਜੋ ਬਜ਼ੁਰਗ ਨੇ ਜਿਹਨਾਂ ਨੂੰ ਆਲਰੇਡੀ ਸਾਹ ਦੀ ਪ੍ਰੋਬਲਮ ਆ ਜਾਂ ਕੋਈ ਪ੍ਰੋਬਲਮ ਆ, ਉਹਨਾਂ 'ਤੇ ਇਹ ਕੀ ਅਸਰ ਪਾਉਂਦੀ ਆ, ਵੀ ਸਟਿਲ ਵੀਅਰ ਨੋਟ ਸ਼ੋਰ। ਬਾਕੀ ਆਈ ਗੈਸ ਡਾਕਟਰ ਟੈਗੋਰ ਕੈਨ ਐਕਸਪਲੇਨ। ਜੀ ਡਾਕਟਰ ਟੈਗੋਰ, ਤੁਹਾਡੀ ਇਨਪੁਟ ਕੀ ਆ? ਬਾਕੀ ਅਗੇਨ ਵਿਊਅਰਸ ਨੂੰ ਪੁਆਇੰਟ ਇੰਪੋਰਟੈਂਟ ਆ, ਅੱਖਾਂ ਮਲਣਾ, ਪਾਣੀ, ਫਿਰ ਪਾਣੀ ਦੀ ਕਮੀ ਆਉਂਦੀ ਹੈ ਗਰਾਊਂਡ 'ਚ, ਪਰ ਪਾਣੀ ਜ਼ਰੂਰ ਟਰਾਲੀਆਂ 'ਚ ਰੱਖੋ ਜੇ ਇਹ ਜਿਹਾ ਟਾਈਮ ਆ ਜਾ ਆਪਣਾ, ਭਾਵੇਂ ਮੂੰਹ ਹੀ ਡਬੋਲੋ ਪਾਣੀ 'ਚ। ਬਾਕੀ ਟੈਗੋਰ ਤੁਹਾਡੀ ਇਨਪੁਟ। ਜੀ, ਸੋ ਕਈ ਏਜੰਟਸ ਹੈਗੇ ਨੇ, ਸੋ ਇੰਟਰਚੇਂਜਬਲੀ ਵਰਤੇ ਜਾਂਦੇ ਨੇ, ਟੀਅਰ ਗੈਸ ਅਤੇ ਪੈਪਰ ਸਪਰੇਅ। ਪਰ ਜਿਹੜਾ ਪੈਪਰ ਸਪਰੇਅ ਹੈਗਾ ਉਹ ਇੱਕ ਮਿਰਚ ਤੋਂ ਬਣਿਆ ਹੁੰਦਾ ਹੈਗਾ, ਉਹਦੀ ਜਿਹੜੀ ਗਰਮੈਸ਼ ਹੁੰਦੀ ਹੈ ਉਹ ਜਿਵੇਂ ਚਿਲੀ ਪੈਪਰਸ ਹੁੰਦੇ ਆ, ਉਹ ਮਿਰਚ ਤੋਂ ਐਕਚੁਅਲੀ ਜਿਹੜੀ ਉਹ ਗਰਮੈਸ਼ ਹੁੰਦੀ ਹੈ, ਉਦੋਂ ਬਰਨਿੰਗ ਸੈਂਸੇਸ਼ਨ ਆਉਂਦੀ ਹੈ, ਉਹਨੂੰ ਲੈਕਮਲ ਕਹਿੰਦੇ ਆ, ਜਿਹਦੀ ਤੋਂ ਅੱਖਾਂ ਨੂੰ ਜ਼ਿਆਦਾ ਪਾਣੀ ਦਿੰਦੀ ਹੈਗੀ ਨੇ। ਸੋ ਉਹ ਪੈਪਰ ਸਪਰੇਅ ਹੁੰਦਾ, ਕਈ ਲੋਕ ਆਪਣੇ ਹੱਥ ਨਾਲ ਵੀ ਪੈਪਰ ਸਪਰੇਅ ਕਰ ਸਕਦੇ, ਤਾਂ ਹੀ ਉਹ ਸਪਰੇਅ ਕਿਹਾ ਜਾਂਦਾ ਹੈਗਾ। ਉਹਦੀ ਜਿਹੜੀ ਧਾਰ ਹੁੰਦੀ ਸਪਰੇਅ ਦੀ ਅਤੇ ਜਿਹੜੀ ਮਿਸਟ ਜਾਂਦੀ ਹੈਗੀ ਆ, ਉਹ 8 to 12 feet ਤੱਕ ਪਹੁੰਚ ਹੋ ਸਕਦੀ ਹੈਗੀ ਆ। ਬਾਕੀ ਕਈ ਲੋਕ ਪੈਪਰ ਸਪਰੇਅ ਨੂੰ ਇੱਕ ਬੁਲਟ ਬਣਾ ਕੇ, ਆਪਣੀ ਗੋਲ ਸਰਕਲ ਬਣਾ ਕੇ ਫਿਰ ਗਨ 'ਚ ਤੋਂ ਸ਼ੂਟ ਕਰ ਸਕਦੇ ਨੇ, ਉਹ ਵੀ 150 feet ਦੂਰ ਮਤਲਬ ਭਜਾ ਸਕਦੇ ਨੇ ਧਾਰ ਆਪਣੀ ਪੈਪਰ ਸਪਰੇਅ ਦੀ। ਸੋ ਜਿਹੜੀ ਰੀਚ ਹੈਗੀ ਪਹੁੰਚ ਹੈਗੀ ਉਹ ਕਾਫੀ ਦੂਰ ਹੈਗੀ ਹੈ, ਅਤੇ ਜਦ ਥੋੜ੍ਹੀ ਐਕਸਪੋਜਰ ਹੋਏਗਾ
ਉਹ ਤੁਹਾਨੂੰ ਅੱਖਾਂ 'ਤੇ ਜ਼ਿਆਦਾ ਹੱਥੋਂ ਜ਼ਿਆਦਾ ਮਤਲਬ ਐਕਸਪੋਜ਼ਰ ਹੋਏਗਾ, ਪਰ ਜਿਹੜੇ ਵੀ ਮਿਊਕਸ ਮੈਂਬਰਸ ਹੋਣਗੇ, ਸੋ ਜਿਹੜਾ ਮੂੰਹ ਹੈਗਾ, ਲੰਗਸ ਹੈਗੇ ਨੇ, ਅਤੇ ਤੁਹਾਡੀ ਅੱਖਾਂ, ਉੱਥੇ ਜ਼ਿਆਦਾ ਜਲਨ ਹੋਏਗੀ। ਅਤੇ ਇਹ ਪੈਪਰ ਸਪਰੇ ਨਾਲ ਖਾਸ ਤੌਰ 'ਤੇ ਸਿਰਫ ਜਿਹੜੀ ਸਪਰੇ ਉਹ, ਕਿਉਂਕਿ ਚਿਲੀ ਪੈਪਰ ਹੈਗਾ ਜਿੱਥੇ ਉਹ ਐਕਸਪੋਜ਼ਰ ਹੁੰਦਾ ਉੱਥੇ ਜ਼ਿਆਦਾ ਗਰਮੈਸ਼ ਹੋਗੀ, ਅਤੇ ਅੱਧੇ ਘੰਟੇ ਪੌਣੇ ਘੰਟੇ ਤੱਕ ਇਹ ਰਹੇਗਾ। ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ, ਜਿਵੇਂ ਡਾਕਟਰ ਤਾਇਵਾਨ ਨੇ ਮੈਂਸ਼ਨ ਕੀਤਾ ਹੈਗਾ ਕਿ ਤੁਸੀਂ ਮਲਣਾ ਨਹੀਂ ਹੈਗੇ, ਆਪਣੀ ਅੱਖ ਨਹੀਂ ਮਲਣੀ, ਅਤੇ ਤੁਸੀਂ ਸਗੋਂ ਤੁਸੀਂ ਪਾਣੀ ਪਾਉਣਾ ਹੈਗਾ। ਕਈ ਲੋਕ ਮੈਂ ਦੇਖੇ ਦੁੱਧ ਪਾ ਰਹੇ ਨੇ, ਜਿਹੜਾ ਦੁੱਧ ਹੈਗਾ ਦੁੱਧ ਜਲਨ ਘਟਾ ਦਿੰਦੀ ਹੈਗੀ ਹੈ, ਪਰ ਜਿਹੜੀ ਜਿਹੜਾ ਤੇਲ ਹੈਗਾ, ਜਿਹੜਾ ਕੰਪਾਊਂਡ ਹੈਗਾ, ਉਹ ਨਹੀਂ ਨਿਕਲਦਾ ਹੈਗਾ ਦੁੱਧ ਨਾਲ। ਸੋ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ, ਜਿਹੜੀ ਕੰਪਾਊਂਡ ਹੈਗਾ ਜਿਹੜੀ ਅੱਖ 'ਚ ਗਈ ਹੈਗੀ ਹੈ, ਜਿਹੜਾ ਸੋਲੂਸ਼ਨ ਹੈਗਾ, ਉਹ ਅੱਖਾਂ ਤੋਂ ਕੱਢਣ ਲਈ ਬਹੁਤ ਜ਼ਰੂਰੀ ਹੈਗਾ। ਸੋ ਉਹ ਪਾਣੀ ਨਾਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਟੱਡੀਜ਼ ਨੇ ਦਿਖਾਈਆਂ। ਕਈ ਲੋਕ ਸਾਬਣ ਵਰਤਦੇ ਨੇ, ਪਰ ਇਟਸ ਜਸਟ ਦ ਸੇਮ ਐਜ਼ ਵਾਟਰ। ਸੋ ਇਸ ਮਾਹੌਲ 'ਚ ਪਾਣੀ ਉਹ ਸਹੀ ਹੈਗਾ। ਅਤੇ ਕਿੰਨੀ ਦੇਰ ਲਈ, 10 to 15 minutes ਲਈ ਅੱਖਾਂ ਨੂੰ ਇਰੀਗੇਟ ਕਰਨਾ ਚਾਹੀਦਾ ਹੈਗਾ। ਹੁਣ ਮੈਨੂੰ ਪਤਾ ਹੈਗਾ ਕਿ ਪਾਣੀ ਦੀ ਥੋੜ੍ਹੀ ਕਮੀ ਹੈਗੀ ਹੈ, ਪਰ ਜਿੰਨੀ ਦੇਰ ਤੁਸੀਂ ਕਰ ਸਕਦੇ ਨੇ ਉਨਾ ਚੰਗਾ। ਦੂਜੀ ਗੱਲ ਇਹ ਹੈਗੀ ਹੈ ਕਿ ਜੇ ਤੁਹਾਡੇ ਕੋਲ ਪਾਣੀ ਨਹੀਂ ਹੈਗਾ, ਫਰਜ਼ ਕਰੋ, ਤੁਸੀਂ ਆਪਣੀ ਅੱਖਾਂ ਰੈਪਿਡਲੀ ਖੋਲੋ ਅਤੇ ਬੰਦ ਕਰੋ। ਸੋ ਬਲਿੰਕ, ਜਿਹੜੀ ਇਮੀਡੀਏਟ ਬਲਿੰਕਿੰਗ ਜਿਹੜੀ ਹੁੰਦੀ ਹੈ, ਜਿੰਨੀ ਤੁਸੀਂ ਛੇਤੀ ਆਪਣੀ ਅੱਖਾਂ ਬਲਿੰਕ ਕਰ ਸਕਦੇ ਨੇ ਉਨਾ ਚੰਗਾ, ਕਿਉਂਕਿ ਤੁਹਾਡੀ ਆਪ ਅੱਖਾਂ ਪਾਣੀ ਬਣਾਉਣਗੀਆਂ, ਠੀਕ ਹੈ ਜੀ। ਅਤੇ ਉਹ ਵੀ ਕੰਪਾਊਂਡ ਨੂੰ, ਜਿਹੜੇ ਕੈਮੀਕਲਸ ਹੈਗੇ, ਉਹ ਨਿਕਾਲ ਸਕਦੇ ਨੇ ਥੋੜ੍ਹਾ, ਇੰਨਾ ਨਹੀਂ ਜਿੰਨਾ ਪਾਣੀ ਕਰ ਸਕਦਾ, ਪਰ ਘੱਟੋ ਘੱਟ ਜੇ ਪਾਣੀ ਨਹੀਂ ਹੈਗਾ ਤੁਸੀਂ ਇੰਨਾ ਤੁਸੀਂ ਕਰ ਸਕਦੇ ਨੇ ਹੈਗੇ ਆਪਣੇ ਆਪ ਹੀ। ਸੋ ਇਹ ਦੋ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਹੈਗੇ ਨੇ। ਅਤੇ ਜਿਵੇਂ ਟੀਅਰ ਗੈਸ ਹੈਗਾ, ਕਾਫੀ ਲੰਬੇ ਨਾਂ ਹੈਗੇ ਨੇ, ਬਟ ਟੂ ਮੋਸਟ ਪਾਪੂਲਰ ਜਿਹੜੇ ਕੰਪਾਊਂਡ ਜਿਹੜੇ ਬਣੇ ਹੋਏ ਨੇ, ਉਹ ਹੁਣ CN ਅਤੇ CS ਕਹਿੰਦੇ ਆ ਉਹਨਾਂ ਨੂੰ, ਜਿਹੜੀ ਗੈਸ ਹੁੰਦੀ ਹੈਗੀ ਹੈ। ਇਹ ਗੈਸ ਹੈਗੀ ਹੈ, ਪਰ ਇਹ ਐਕਚੁਅਲੀ ਪਾਊਡਰ ਬਣੇ ਹੋਏ ਆ, ਅਤੇ ਤੇਲ ਦਾ ਕੰਪਾਊਂਡ ਹੈਗਾ। ਸੋ ਇਹ ਜਿਹੜੀ ਸਟੇਟ ਬਣੀ ਹੁੰਦੀ ਹੈ, ਐਕਚੁਅਲੀ ਤੇਲ ਦੀ ਹੁੰਦੀ ਹੈ, ਅਤੇ ਜਦ ਇਹ ਫਟਦਾ ਹੈਗਾ ਕੈਨਿਸਟਰ, ਜਾਂ ਜਦ ਫਟਦਾ ਬੁਲੇਟ ਫਟਦੀ ਹੈਗੀ ਹੈ, ਉਹਦਾ ਰਿਐਕਸ਼ਨ ਹੁੰਦਾ ਹੈ, ਉਹ ਰਿਐਕਸ਼ਨ ਨਾਲ ਇਹ ਵੇਪਰ ਜਾਂ ਗੈਸ ਬਣਦੀ ਹੈਗੀ ਹੈ। ਅਤੇ ਉਹ ਜਿਹੜੀ ਗੈਸ ਬਣਦੀ ਹੈਗੀ, ਉਹ ਗੈਸ ਤੁਹਾਨੂੰ ਜ਼ਿਆਦਾ ਦਿੱਕਤ ਹੁੰਦੀ ਹੈਗੀ ਹੈ। ਅਤੇ ਟੀਅਰ ਗੈਸ ਨਾਲ ਇਹ ਇੱਕ ਨਰਵ ਨੂੰ ਅਟੈਚ ਹੁੰਦੀ ਹੈ। ਸੋ ਜਿਹੜੀ ਤੁਹਾਡੀ ਨਰਵਸ ਸਿਸਟਮ ਹੈਗੀ, ਉਹ ਅਟੈਚ ਹੋ ਕੇ ਨਰਵ ਨੂੰ ਦਰਦ ਹੁੰਦੀ ਹੈ, ਅਤੇ ਨਰਵ ਨੂੰ ਉਹ ਬਰਨਿੰਗ ਸੈਂਸੇਸ਼ਨ ਹੁੰਦੀ ਹੈ। ਸੋ ਸਿਰਫ ਤੁਹਾਡੀ ਅੱਖਾਂ ਜਾਂ ਮੂੰਹ 'ਚ ਨਹੀਂ ਹੁੰਦੀ, ਜਾਂ ਲੰਗਸ ਨੂੰ ਨਹੀਂ ਹੁੰਦੀ, ਪੂਰੇ ਸਰੀਰ ਨੂੰ ਹੁੰਦੀ ਹੈ। ਅਤੇ ਇਹ ਜਿਹੜੇ ਕੈਨਿਸਟਰਸ ਹੁੰਦੇ ਆ, ਜਿਹੜੇ ਸੁੱਟਦੇ ਹੈਗੇ ਨੇ ਜਾਂ ਬੁਲੇਟਸ ਹੈਗੀਆਂ, ਉਹਨੂੰ ਤੁਸੀਂ ਪਲੀਜ਼ ਛੇੜਿਓ ਨਾ, ਕਿਉਂਕਿ ਇਹ ਰਿਐਕਸ਼ਨ ਜਿਹੜਾ ਹੁੰਦਾ, ਜਿਹੜਾ ਓਇਲ ਅਤੇ ਜਿਹੜਾ ਪਾਊਡਰ ਜਿਹੜਾ ਰਿਐਕਸ਼ਨ ਹੁੰਦਾ, ਉਹ ਕਹਿੰਦੇ ਐਕਸੋਥਰਮਿਕ, ਸੋ ਜਿਹੜੀ ਹੀਟ ਬਣਾ ਦੇ ਰਿਐਕਸ਼ਨ ਹੁੰਦਾ, ਤੁਸੀਂ ਉਹਨੂੰ ਸ਼ੁਰੂਆਤ ਹੋ ਕੇ ਉਹ ਰਿਐਕਸ਼ਨ ਗਰਮ ਹੋ ਕੇ ਫਿਰ ਉਹ ਕੈਨਿਸਟਰ ਫਟਦਾ ਹੈਗਾ। ਸੋ ਜੇ ਕਈ ਲੋਕਾਂ ਨੇ ਕੈਨਿਸਟਰ ਸੁੱਟਿਆ ਤੁਹਾਡੇ ਵੱਲ, ਅਤੇ 150 feet ਤੁਸੀਂ ਸੁੱਟ, ਇਹ ਲੋਕ ਸੁੱਟਦੇ ਨੇ, ਇਹ ਸੁੱਟ ਕੇ ਤੁਹਾਡੇ ਪੈਰਾਂ 'ਚ ਆਏਗਾ, ਜੇ ਤੁਸੀਂ ਚੱਕੋਗੇ ਅਤੇ ਤੁਹਾਡੇ ਹੱਥ 'ਚ ਡੈਟੋਨੇਟ ਹੋ ਗਿਆ, ਤੁਹਾਡੇ ਹੱਥ 'ਤੇ ਸਿਗਨੀਫਿਕੈਂਟ ਟਰਾਮਾ ਹੋ ਸਕਦਾ, ਅਤੇ ਜਲਨ ਹੋ ਸਕਦੀ ਹੈ, ਫਸਟ ਸੈਕਿੰਡ ਥਰਡ ਡਿਗਰੀ ਬਰਨ ਹੋ ਸਕਦੇ ਨੇ, ਤੁਹਾਡੇ ਲਾਸ਼ਾਂ ਅਤੇ ਛਾਲੇ ਤੁਹਾਡੇ ਹੱਥ 'ਚ ਪੈ ਸਕਦੇ ਨੇ। ਸੋ ਇਟਸ ਵੈਰੀ ਇੰਪੋਰਟੈਂਟ ਕਿ ਜੇ ਤੁਸੀਂ ਇੱਕ ਕੈਨਿਸਟਰ ਦੇਖੋਗੇ ਆਪਣੇ ਵੱਲ, ਇਹ ਵੈਰੀ ਵੈਰੀ ਹਾਟ ਕੈਨਿਸਟਰ ਹੋ ਸਕਦੇ ਨੇ, ਅਤੇ ਤੁਹਾਨੂੰ ਬਰਨਸ ਵੀ ਦੇ ਸਕਦੇ ਨੇ। ਸੋ ਜੇ ਤੁਹਾਡੇ ਵੱਲ ਆਉਣਗੇ ਜਾਂ ਸੁੱਟੋਗੇ, ਤੁਸੀਂ ਉਹ ਤੋਂ ਦੂਰ ਰਹੋ, ਉਹਨੂੰ ਛੇੜਨਾ ਨਹੀਂ ਹੈਗਾ, ਕਿਉਂਕਿ ਉਹ ਕਦੇ ਵੀ ਫਟ ਸਕਦੇ ਨੇ। ਅੱਖਾਂ ਲਈ ਮੈਂ ਦੱਸ ਚੁੱਕਿਆ, ਤੁਸੀਂ ਟੀਅਰਿੰਗ ਅਤੇ ਬਰਨਿੰਗ ਹੁੰਦੀ ਹੈ, ਨੱਕ 'ਤੇ ਤੁਹਾਡੀ ਰਨਿੰਗ ਨੋਜ਼ ਹੋ ਜਾਂਦੀ ਹੈ, ਨੱਕ ਕਾਫੀ ਚੋਣ ਲੱਗਣਾ, ਮੂੰਹ 'ਚ ਬਰਨਿੰਗ, ਅਤੇ ਥੋੜ੍ਹੀ ਮੁਸ਼ਕਲ ਹੁੰਦੀ ਹੈ ਸਵਾਲੋ ਕਰਨ ਲਈ, ਅਤੇ ਥੋੜ੍ਹਾ ਪਾਣੀ ਵੀ ਆਉਂਦਾ ਮੂੰਹ ਦੇ ਵਿੱਚੋਂ। ਅਤੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼, ਜਿਵੇਂ ਡਾਕਟਰ ਸਵੈਮਾ ਸਿੰਘ ਨੇ ਕਿਹਾ ਸੀਗਾ ਕਿ ਜਿਹੜੇ ਐਜ਼ਮਾ ਲੋਕ ਹੈ, COPD ਲੋਕ ਹੈਗੇ ਨੇ, ਉਹਨਾਂ ਨੂੰ ਬਰੀਦਿੰਗ ਦੀ ਡਿਫੀਕਲਟੀ ਹੋ ਸਕਦੀ ਹੈ, ਉੱਥੇ ਤੱਕ ਕਿ ਐਜ਼ਮਾ ਅਟੈਕ ਹੋ ਸਕਦੇ ਨੇ। ਸੋ ਤਾਂ ਹੀ ਮੈਂ ਸਟ੍ਰੈਸ ਨਹੀਂ ਕਰ ਸਕਦਾ ਜ਼ਰੂਰੀ ਕਿ ਤੁਸੀਂ ਜੇ ਤੁਹਾਡੇ ਕੋਲ ਮੈਡੀਕਲ ਪ੍ਰੋਬਲਮ ਹੈਗੀ ਹੈ, ਤੁਸੀਂ ਬਜ਼ੁਰਗ ਹੈਗੇ ਹੈ, ਜਿੰਨੀ ਛੇਤੀ ਤੁਸੀਂ ਇਸ ਕੈਮੀਕਲ ਤੋਂ ਦੂਰ ਹੋ ਸਕਦੇ ਉਨਾ ਚੰਗਾ, ਠੀਕ ਹੈ। ਕਈ ਵਾਰੀ ਜੇ ਤੁਸੀਂ ਇੰਜੈਸਟ ਕਰੋਗੇ, ਜੇ ਕੈਮੀਕਲ ਇੰਜੈਸਟ ਹੋ ਜਾਏ ਤੁਹਾਡੇ ਮੂੰਹ ਦੇ ਸਟਮਕ ਦੇ ਵਿੱਚ, ਤੁਹਾਨੂੰ ਨੌਜ਼ੀਆ, ਵੋਮਿਟਿੰਗ ਅਤੇ ਡਾਇਰੀਆ ਵੀ ਹੋ ਸਕਦਾ ਹੈਗਾ। ਸੋ ਕਈ ਸਾਈਡ ਇਫੈਕਟਸ ਹੈਗੇ ਹੈ ਟੀਅਰ ਗੈਸ ਦੇ, ਅਤੇ ਪ੍ਰੋਬਲਮ ਇਹ ਹੈਗੀ ਹੈ ਕਿ ਜਿਵੇਂ ਅਸੀਂ ਮੈਂਸ਼ਨ ਕੀਤਾ ਸੀ ਪਹਿਲੇ ਕਿ ਇਹ ਜਿਹੜੇ ਲੋਕ ਸਟੱਡੀ ਕੀਤੇ ਹੋਏ ਨੇ, ਇਹ ਯੰਗ ਲੋਕ ਸੀਗੇ, ਇਹ ਸਾਰੀ ਚੀਜ਼ਾਂ ਯੰਗ ਲੋਕਾਂ ਨੂੰ ਹੋਈਆਂ, ਬੱਚਿਆਂ ਨੂੰ ਜਿਹੜੇ 20-25 ਸਾਲ ਦੇ ਹੈਗੇ ਨੇ। ਜਿਹੜੇ ਲੌਂਗ ਟਰਮ ਇਫੈਕਟਸ ਹੈਗੇ ਆ, ਤੁਹਾਡੇ ਬਰਨਸ ਹੋ ਸਕਦੇ ਨੇ, ਤੁਹਾਡੇ ਲਿੰਗੋਸਪੈਜ਼ਮ, ਤੁਹਾਡਾ ਜਿਹੜਾ ਟ੍ਰੇਕਿਆ ਉਹ ਬੰਦ ਹੋ ਸਕਦਾ, ਵੋਕਲ ਕੋਰਡ ਬੰਦ ਹੋ ਕੇ ਤੁਹਾਡਾ ਸਾਹ ਘੁੱਟ ਜਾਂਦਾ ਹੈਗਾ, ਅਤੇ ਕਈ ਲੋਕ ਨੂੰ ਪਮਨੇ ਐਡੀਮਾ ਹੋ ਜਾਂਦਾ ਹੈਗਾ, ਕਿ ਫਲੂਇਡ ਤੁਹਾਡੇ ਲੰਗ 'ਚ ਹੋ ਸਕਦੇ ਨੇ, ਅਤੇ ਅੱਖਾਂ 'ਚ ਯੂ ਕੈਨ ਗੋ ਬਲਾਈਂਡ, ਅਤੇ ਤੁਹਾਡਾ ਗਲੋਕੋਮਾ ਹੋ ਸਕਦੇ ਨੇ ਲੌਂਗ ਟਰਮ ਇਫੈਕਟਸ। ਅਤੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਮੈਂ ਮੈਂਸ਼ਨ ਕਰੂੰਗਾ, ਮੈਂ ਡਾਕਟਰ ਸਵੇਮ ਸਿੰਘ ਨੂੰ ਵੀ ਕਿਹਾ ਸੀਗਾ ਕਿ ਇਹ
ਕਿਉਂਕਿ ਤੁਹਾਡੀ ਨਰਵ ਨੂੰ ਅਟੈਕ ਹੁੰਦੀ ਹੈ, ਉੱਥੇ ਇੱਕਦਮ ਸਿਵੀਅਰ ਪੇਨ ਹੁੰਦੀ ਹੈ। ਜਿਹੜੇ ਬਜ਼ੁਰਗ ਹੈਗੇ ਆ, ਉਸ ਪੇਨ ਨੂੰ ਤੁਹਾਡੀ ਹਾਰਟ ਰੇਟ ਵੱਧ ਸਕਦੀ ਹੈਗੀ ਹੈ, ਉਸ ਹਾਰਟ ਰੇਟ ਨਾਲ ਤੁਹਾਡੇ ਹਾਰਟ ਨੂੰ ਸਟ੍ਰੈਸ ਹੁੰਦਾ ਅਤੇ ਹਾਰਟ ਅਟੈਕ ਵੀ ਹੋ ਸਕਦੇ ਨੇ। ਸੋ ਇਹ ਕੋਈ ਮਾਮੂਲੀ ਚੀਜ਼ ਨਹੀਂ ਹੈਗੀ, ਕੋਈ ਸਿੰਪਲ ਚੀਜ਼ ਨਹੀਂ ਹੈਗੀ ਕਿ ਹਾਂਜੀ ਕਿ ਤੁਹਾਡੀ ਅੱਖਾਂ ਨੂੰ ਥੋੜ੍ਹੀ ਜਲਨ ਹੋ ਗਈ ਅਤੇ ਚਲੇ ਜਾਏਗਾ। ਕਈ ਤੁਸੀਂ ਲੌਂਗ ਟਰਮ ਇਫੈਕਟਸ ਹੋ ਸਕਦੇ ਜੇ ਤੁਹਾਨੂੰ ਲੌਂਗ ਟਰਮ ਐਕਸਪੋਜ਼ਰ ਹੋ ਜਾਏ। ਸੋ ਜੇ ਤੁਸੀਂ ਨਹੀਂ ਇੰਨੀ ਛੇਤੀ ਗੈਸ ਤੋਂ ਨਿਕਲ ਸਕਦੇ, ਇਹ ਤੁਸੀਂ ਸਾਹ ਲਈ ਜਾਓਗੇ ਅਤੇ ਸਾਹ ਲਈ ਜਾਓਗੇ ਅਤੇ ਲੌਂਗ ਟਰਮ ਇਫੈਕਟ ਅਤੇ ਇਮੀਡੀਏਟ ਇਫੈਕਟ ਵੀ ਹੋ ਸਕਦੇ ਨੇ। ਦੂਜੀ ਗੱਲ ਇਹ ਹੈਗੀ ਹੈ ਕਿ ਜੇ ਤੁਹਾਨੂੰ ਐਕਸਪੋਜ਼ਰ ਹੋ ਜਾਏ, ਉਸ ਏਰੀਆ ਤੋਂ ਬਾਹਰ ਨਿਕਲੋ ਜਿੱਥੇ ਫਰੈਸ਼ ਏਅਰ ਹੋਏ। ਅਤੇ ਦੂਜੀ ਗੱਲ ਇਹ ਹੈਗੀ, ਇਹ ਜਿਹੜੇ ਵੇਪਰਸ ਹੈਗੇ ਆ ਟੀਅਰ ਗੈਸ ਦੇ, ਉਹ ਕਾਫੀ ਭਾਰੀ ਹੈਗੇ ਨੇ। ਸੋ ਜਿਹੜੀ ਇਹ ਡੈਂਸ ਕਹਿੰਦੇ ਆ, ਡੈਂਸ ਵੇਪਰ ਕਲਾਉਡ ਹੁੰਦੇ ਆ। ਸੋ ਜਿਹਨੂੰ ਤੁਸੀਂ ਐਲੀਵੇਸ਼ਨ ਤੋਂ ਹਾਈ ਜਾ ਸਕਦੇ ਆ, ਜਿਵੇਂ ਟਰੈਕਟਰਸ ਹੈਗੇ, ਟ੍ਰੇਲਰਸ ਹੈਗੇ, ਉੱਤੇ ਚੜ ਜਾਓ ਤਾਂ ਕਿ ਹਵਾ ਜਿਹੜੀ ਸਾਫ਼ ਹਵਾ ਆਏ ਉਹ ਨਾ ਬੈਟਰ ਹੈਗਾ। ਅਤੇ ਪਾਣੀ ਵਰਤੋ ਅਤੇ ਕੱਪੜੇ, ਜੇ ਤੁਹਾਨੂੰ ਕੱਪੜੇ 'ਚ ਕੋਈ ਕੰਟੈਕਟ ਹੋਏ ਟੀਅਰ ਗੈਸ ਨੂੰ, ਆਪਣੇ ਕੱਪੜੇ ਲਾ ਦਿਉ। ਦੂਜੀ ਗੱਲ ਇਹ ਹੈਗੀ ਹੈ ਕਿ ਤੁਸੀਂ ਆਪਣੇ ਸਿਰ ਦੇ ਉੱਤੋਂ ਕੱਪੜੇ ਨਹੀਂ ਲਾਉਣੇ, ਜੇ ਕਮੀਜ਼ ਹੈਗੀ ਹੈ ਤੁਸੀਂ ਆਪਣੀ ਕਮੀਜ਼ ਕੱਟਣੀ ਹੈਗੀ ਹੈ, ਕਿਉਂਕਿ ਜੇ ਤੁਸੀਂ ਕਮੀਜ਼ 'ਤੇ ਲਾਓਗੇ ਤੁਹਾਡੇ ਮੂੰਹ ਅਤੇ ਨੱਕ 'ਤੇ ਫਿਰ ਤੋਂ ਐਕਸਪੋਜ਼ਰ ਹੋਊਗਾ। ਸੋ ਜੇ ਕੱਪੜਿਆਂ ਦੀ ਹੈਗੀ ਹੈ ਬਿਲਟੀ, ਤੁਸੀਂ ਹੋਰ ਕੱਪੜੇ ਲੈ ਸਕਦੇ ਨੇ, ਆਪਣੇ ਕੱਪੜੇ ਕੱਟ ਦਿਉ ਅਤੇ ਦੂਜੇ ਕੱਪੜੇ ਪਾਓ। ਜੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜਿੱਥੇ ਤੁਹਾਨੂੰ ਪਤਾ ਹੈਗਾ ਕਿ ਟੀਅਰ ਗੈਸ ਵਰਤੀ ਜਾਏਗੀ, ਲੌਂਗ ਸਲੀਵਸ ਪਾਓ ਅਤੇ ਪੈਂਟਾਂ ਪਾਓ ਤਾਂ ਕਿ ਜਿੰਨੀ ਐਕਸਪੋਜ਼ਰ ਤੁਹਾਡੇ ਸਕਿਨ ਨੂੰ ਘੱਟ ਹੋਏ ਓਨਾ ਚੰਗਾ। ਸੋ ਕੁੜਤੇ ਪਜਾਮੇ ਪਾ ਕੇ ਜਾਓ, ਪਾਣੀ ਨਾਲ ਆਪਣੇ ਲੈ ਕੇ ਜਾਓ। ਜੇ ਮੈਂ ਇੱਕ ਗੱਲ ਕਹਾਂ ਕਿ ਸਰਕਾਰ ਨੂੰ ਮੈਂ ਰਿਕੁਐਸਟ ਕਰ ਸਕਦਾ, ਲੋਕੀ ਵਿਚਾਰੇ ਕੀ ਕਰਨ, ਸਰਕਾਰੋ ਇਹ ਚੀਜ਼ਾਂ ਤੁਹਾਡੇ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਇਹ ਇੰਨੇ ਸਾਈਡ ਇਫੈਕਟ ਕਿਸੇ ਚੀਜ਼ ਦੇ ਹੋਣ 'ਤੇ ਤੁਸੀਂ ਉਹ ਚੀਜ਼ ਆਪਣੇ ਆਵਾਮ 'ਤੇ ਵਰਤਣ ਦੇ, ਉਹ ਹੀ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਸਰਦਾਰ ਬਣਾਇਆ, ਇਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਇੰਨਾ ਕੁਛ ਸਾਨੂੰ ਬੋਲਣਾ ਪੈਂਦਾ, ਲੋਕਾਂ ਨੂੰ ਅਵੇਅਰ ਕਰਨਾ ਪੈਂਦਾ, ਸਾਡੇ ਮਤਲਬ ਬਜ਼ੁਰਗ ਮਰ ਸਕਦੇ ਇਹ ਚੀਜ਼ ਨਾਲ, ਤੁਸੀਂ ਉਹ ਚੀਜ਼ ਵਰਤਣ ਦੇ ਜੋ ਇਹ 'ਤੇ ਨਿਰਾ ਟੈਰੋਰਿਜ਼ਮ ਆ। ਮੈਨੂੰ ਇਹ ਕਹਿਣਾ ਸ਼ਾਇਦ ਇਹ ਗਲਤ ਨਹੀਂ ਹੋਊਗਾ ਕਿ ਸਰਕਾਰ ਇਸ ਵੇਲੇ ਟੈਰੋਰਿਸਟ ਹੋ ਗਈ ਆ, ਜਿਹੜੀ ਆਪਣੀ ਆਵਾਮ ਨੂੰ ਮਾਰਦੀ ਆ। ਆਵਾਮ 'ਤੇ ਟੈਰੋਰਿਜ਼ਮ ਦੇ ਚਾਰਜਿਸ ਲੱਗਣੇ ਚਾਹੀਦੇ ਆ ਇਹ ਸਰਕਾਰ 'ਤੇ। ਬਾਕੀ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਕਾਫੀ ਟਾਈਮ ਹੋ ਗਿਆ, ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਗੱਲਬਾਤ ਕਰ ਰਹੇ ਸੀ ਕਿ ਆਹ ਜਿਹੜੇ ਰਾਈਟਿੰਗ ਵਿੱਚੋਂ ਆਪਾਂ ਕਿੱਦਾਂ ਬਚ ਸਕਦੇ ਹਾਂ। ਮੈਂ ਇੱਕ ਛੋਟਾ ਜਿਹਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਪੰਜਾਬ ਦੇ ਵਿੱਚ 12,729 ਪਿੰਡ ਆ, ਇਸ ਵੇਲੇ ਲੱਖ ਦੇ ਕੋਲ ਟਰੈਕਟਰ ਦਿੱਲੀ ਵੱਲ ਜਾ ਰਹੇ ਆ। ਇਹਦਾ ਮਤਲਬ ਕਿ ਜਿਹੜੇ ਆਪਣੇ ਕਿਸਾਨ ਵੀਰ ਆ ਇਸ ਵੇਲੇ ਪੂਰੀ ਬੱਲੇ ਬੱਲੇ 'ਚ ਅੱਗੇ ਨਿਕਲ ਗਏ ਆ, ਪਿੰਡਾਂ ਦੇ ਪਿੰਡ ਨਾਲ ਤੁਰ ਪਏ ਆ। ਜਿਹੜੇ ਪਿੰਡਾਂ ਤੋਂ ਅਜੇ ਟੀਮਾਂ ਨਹੀਂ ਗਈਆਂ, ਮੈਂ ਉਹਨਾਂ ਨੂੰ ਅਰਜ਼ ਕਰਾਂ ਕਿ ਨਾਲ ਰਲੋ। ਜਿਹੜੇ ਲੋਕ ਬਾਹਰਲੇ ਦੇਸ਼ਾਂ 'ਚ ਬੈਠੇ ਜਿਹੜੇ ਪੰਜਾਬ ਜਾ ਸਕਦੇ, ਮੈਂ ਉਹਨਾਂ ਨੂੰ ਵੀ ਅਰਜ਼ ਕਰਾਂ ਤੁਸੀਂ ਪੰਜਾਬ ਜਾਓ, ਕੋਵਿਡ ਤੋਂ ਬਚੋ ਜਿਹੜਾ ਬਚ ਸਕਦਾ। ਪਰ ਗੱਲ ਉਹ ਕਿਸਾਨਾਂ ਦੀ ਉਹੀ ਗੱਲ ਹੈ, ਜਦੋਂ ਫੰਦਾ ਸਾਡੇ ਗਲੇ ਵਿੱਚ ਉਹਨਾਂ ਨੇ ਪਾ ਦਿੱਤਾ, ਹੁਣ ਕੋਵਿਡ ਸ਼ਾਇਦ ਸਾਨੂੰ ਮਾਰੇ ਪਰ ਜਿਹੜੀ ਇਹ ਜਿਹੜੇ ਲਾਜ਼ ਆ ਇਹਨਾਂ ਨੇ ਸਾਨੂੰ ਮਾਰਨਾ ਹੀ ਮਾਰਨਾ। ਬਾਕੀ ਮੈਂ SGPC ਨੂੰ ਰਿਕੁਐਸਟ ਕਰਦਾ ਕਿ ਤੁਸੀਂ ਵੀ ਅੱਗੇ ਆਓ, ਲੋਕਾਂ ਦੇ ਨਾਲ ਖਲੋ, ਇਹ ਸਿੱਖੀ ਦਾ ਅਸੂਲ ਆ। ਬਾਕੀ ਆ ਜੋ ਫੋਟੋਆਂ ਜੋ ਵੀਡੀਓਜ਼ ਉੱਥੋਂ ਬਾਹਰ ਆਈਆਂ ਕਿ ਕਿੱਦਾਂ ਕਿਸਾਨਾਂ ਨਾਲ ਤਸ਼ੱਦਤ ਹੁੰਦੇ ਆ, ਅਤੇ ਉਹ ਕਿਸਾਨ ਉਹੀ ਉਹਨਾਂ ਨੂੰ ਲੰਗਰ ਛਕਾਉਂਦੇ, ਉਹਨਾਂ ਨੂੰ ਪਾਣੀ ਪਿਆਉਂਦੇ ਆ, ਭਾਈ ਘਨੇਆ ਜੀ ਦੀ ਯਾਦ ਆ ਜਾਂਦੀ ਆ। ਮੈਂ ਕਿਸਾਨਾਂ ਨੂੰ ਇਹੋ ਕਹੂੰਗਾ, ਤੁਹਾਡੇ ਜਿਹੜੇ ਕੰਮ ਆ, ਇਹ ਜਿਹੜੀ ਮੂਵਮੈਂਟ ਆ, ਇਹ ਜਿਹੜਾ ਮੋਰਚਾ ਵਾ, ਇਹ ਜਨਰੇਸ਼ਨਾਂ ਤੱਕ ਰਹੂਗਾ। ਇਹ ਜਿਹੜੀ ਇਹਦੇ ਬਾਰੇ ਲੋਕ ਗੱਲਾਂ ਕਰਨਗੇ ਕਿ ਕਿੰਨੇ ਇਹ ਲੋਕ ਕੈਸੇ ਨੇ। ਸੋ ਇਹ ਗੱਲ ਭੁੱਲਿਓ ਨਾ, ਤੁਹਾਨੂੰ ਦੁਨੀਆ ਵੇਖ ਰਹੀ ਆ। ਇਸ ਲਈ ਜਿਹੜੇ ਤੁਹਾਡੇ ਕੰਮ ਆ, ਤੁਹਾਡੇ ਜਿਹੜੀ ਇਨਸਾਨੀਅਤ ਆ, ਉਹਨੂੰ ਇੱਦਾਂ ਹੀ ਵਿਖਾਉਂਦੇ ਰਹੋ। ਦੂਜਾ ਜੋ ਕਰੇ ਉਹਦੇ ਕੰਮ, ਉਹ ਬਿੱਛੂ ਦੀ ਸਟੋਰੀ, ਉਹਦੇ ਕੰਮ ਆ, ਉਹਨੇ ਡੰਗਣਾ ਹੀ ਡੰਗਣਾ। ਪਰ ਸਾਨੂੰ ਰੱਬ ਨੇ ਇਨਸਾਨ ਬਣਾਇਆ, ਸਾਨੂੰ ਰੱਬ ਨੇ ਸਿੱਖ ਬਣਾਇਆ, ਸਾਨੂੰ ਪੰਜਾਬੀ ਬਣਾਇਆ। ਅਸੀਂ ਜੋ ਕਰਨਾ ਆਪਾਂ ਉਹ ਕਰੀਏ, ਉਹਦੇ ਪਿੱਛੇ ਲੱਗ ਕੇ ਅਸੀਂ ਮਾੜੇ ਕੰਮ ਨਾ ਕਰੀਏ। ਦੁਨੀਆ ਤੁਹਾਨੂੰ ਵੇਖ ਰਹੀ ਆ। ਯਾਦ ਕਰੋ ਮੁੰਬਈ ਦੇ ਫਾਰਮਰਸ ਜਿਹੜੇ ਰਾਤ ਨੂੰ ਮਾਰਚ ਕੀਤੀ ਉਹਨਾਂ ਨੇ, ਕਿਉਂਕਿ ਸਟੂਡੈਂਟਸ ਤੰਗ ਹੁੰਦੇ ਸੀ, ਸਟੂਡੈਂਟਸ ਦੇ ਐਗਜ਼ਾਮ ਸੀ, ਅਤੇ ਉਹਨਾਂ ਨੇ ਆਪਣੀ ਦਿਨ ਦੀ ਮਾਰਚ ਛੱਡ ਕੇ ਰਾਤ ਨੂੰ ਮਾਰਚ ਕਰਨੀ ਸ਼ੁਰੂ ਕਰਤੀ, ਅਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਖੜਾ ਹੋ ਗਿਆ। ਸੋ ਤੁਹਾਡਾ ਗੋਲ ਆ ਕਿ ਅਸੀਂ ਆਵਾਮ ਨੂੰ ਆਪਣੇ ਨਾਲ ਕਿੱਦਾਂ ਖੜੇ ਕਰਨਾ। ਇਸ ਲਈ ਹੇਟ ਦੇ ਮੈਸੇਜਿਸ ਨਾ ਸਪਰੈਡ ਕਰੋ। ਵਿੱਚ ਕੋਈ ਐਸੇ ਲੋਕ ਆ ਜਾਂਦੇ ਆ ਜਿਹੜੇ ਟਰਾਈ ਕਰਦੇ ਆ ਮੂਵਮੈਂਟਸ ਨੂੰ ਹਾਈਜੈਕ ਕਰਨ ਨੂੰ, ਉਹਨਾਂ ਦਾ ਗੋਲ ਹੀ ਇਹ ਹੁੰਦਾ ਕਿ ਅਸੀਂ ਪੁਲਿਸ ਨੂੰ ਮਾਰੀਏ, ਅਸੀਂ ਵਾਇਲੈਂਸ ਕ੍ਰੀਏਟ ਕਰੀਏ, ਅਸੀਂ ਉਹ ਲੋਕਾਂ ਦੇ ਨਾਮ ਲਈਏ ਜਿਹੜੇ ਵਾਇਲੈਂਸ ਨੂੰ ਪ੍ਰਮੋਟ ਕਰਦੇ ਆ, ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਆ ਮੂਵਮੈਂਟ ਆ ਉਹਨੂੰ ਮਾਰ ਸਕੀਏ। ਬਾਕੀ ਟੈਗੋਰ, ਡਾਕਟਰ ਟੈਗੋਰ, ਟਾਈਮ ਘੱਟ ਰਹਿ ਗਿਆ, ਆਪਾਂ ਆਪਣੀ ਇੱਥੇ ਐਂਡਿੰਗ ਕਰਨੀ ਪੈਣੀ ਆ।
पर एक शो कंटिन्यू रखांगे फेसबुक ते पर एनी लास्ट मिनट कमेंट्स फॉर द ऑडियंस जरूर लास्ट मिनट कमेंट्स होंगे के जे थोड़े वल टियर गैस आएगी जरूर भजना डिस्पर्स होना कपड़े फुल स्लीव पैंटा पाओ कॉन्टैक्ट्स ना पाओ अपने जे चश्मे पाने हैगे चश्मे पाओ कॉन्टैक्ट्स ना पाओ गॉगल्स जे हैगे थोड़े कोल गॉगल्स पाओ जिन्हें तुसी आई प्रोटेक्ट कर सकते हैं जे फेस शील्ड जिहड़े प्लास्टिक शील्ड थोड़े अगे मूँह च आ सकते हैं वह पाओ ताकि थोड़ी थोड़ी प्रोटेक्शन होए जरूर सोशल डिस्टेंसिंग करो तो अपना फेस मास्क पाओ तो खुला पानी वरतो जे कपड़े तारने होन मूँह के उपर ना तारो प्लीज डॉक्टर तालीवाल देखो ये जो संघर्ष है जरूरी है तो पूरी सानू यकीन है कि असी मैदान फतेह करके आवांगे बट अपना ख्याल रखना भी जरूरी है तो मतलब हड्ड पैर चलते रहेंगे ता ही वापस आड़ के असी खेतीबाड़ी कर सकांगे ना तो जिमें कि डॉक्टर टैगोर ने कहा फेस मास्क फेस शील्ड्स गॉगल्स ये सिर्फ तुहानू टीयर गैस तो ही नहीं तुहानू कोविड तो भी बचा के रखते हैं ये सब चीज़ा बहुत जरूरी ने तो बस असी भावे बाहरले मुल्कां च बैठे हैं असी तुहाडे नाल आ एन आर आईज न फिर अर्ज करदा अपने पिंड जुड़ो अपने पिंड जुड़ो कई बार आप एन जी ओज न कई बार पैसे दे दें आप पता नहीं होंगे कितने पैसे जाने हैं जो तुम पिंड अपने टीम बनाओगे उन्होंने जुड़ोगे जो भी तुम देना उन्होंने थ्रू दोगे तो पता तो होगा तुम किनू सपोर्ट कर रहे हो टाइम ऐसा कि थोड़ी सपोर्ट की लड़ पैनी आ पेगी तो डॉक्टर धालीवाल ऐसी लड़ाई आप जी हार नहीं सकते ये अफोर्ड नहीं कर सकते क्योंकि जो असी लड़ाई हार गए तो साडा एंड आ पंजाबी आपां लड़ाई असी ऐसी हुण लै ली आ कि ये हार नहीं सकते अं इन्ना अगे आ गए हाँ ये शायद सरकार नूं भी समझना पऊगा कि हुण पंजाबी पिछे हट नहीं सकते हिंदुस्तान का किसान हुण पिछे हट नहीं सकता ये जिहड़े बिल आ वापस लैने पैने आ वीरो पंजाब दिओ और रिलायंस अंबानिया नूं पूरा ही 100% नॉन कोऑपरेशन उन्हां दी जिहड़े जियो सिम सुट दो उन्हां दे 100% बायकाट कर दो क्योंकि जो उन्होंने दर्द होनी है ना उन्होंने आपे मोदी को जाना मोदी भाई है अपने जो बिल है वापस कर क्योंकि उन्होंने ही देन है अंबानी अदानिया की देन है बाकी जी एक होर चीज बड़ी वो वरती जा रही है इस टैररिज्म वाटर कैनन पानी दबारा ठंडा पानी तो यह हूँ दिसंबर की सर्दी शुरू होने वाली आ मैं सरकार को यह कहूँगा सानू साडे साहिबजादे ना याद कराओ वो ठंड ना सानू याद कराओ तो करोना का उधरों टाइम चल रहा तो सारे पता कि जरा ठंडा पानी है वो तुम्हें अपर रेस्पिरेटरी सिम्टम्स तो नमोनिया कॉज कर सकता तो इनफेक्शन के रेट बढ़ा सकता तो किसानों के उत्ते जो पीसफुली मार्च कर रहे उन्होंने उत्ते पानी स्प्रे कर दे जो बड़ी गलत गल है बाकी डॉक्टर टैगोर डॉक्टर धालीवाल तुम सानू दसो ये पानी तो पता नहीं बचते की सकना कि किदा अपने आप के प्रिवेंशन की कर सकते हैं लोग डॉक्टर टैगोर तुम पहला शुरू करो देखो जी इस चीज जी हैगी कि जो वाटर कैन हैगी एक धार जी होंगी है तो यह पानी जो है काफ़ी प्रेसराइज है तो नाले तुम जिमें क्या है ठंडा काफ़ी है सो दो तीन चीज़ा आ सकती ने पहली गल है कि जी धार जी है जिन्ना प्रैशर थोड़ा हाई प्रैशर सुट रहे थोड़े मूँह से थोड़े शरीर से थोड़ी इंजरीज हो सकती हैं मोस्टली थोड़े फेस तो जी इंजरी हो सकती है वह काफ़ी जबरदस्त हो सकती है तो अखा की इंजरी काफ़ी कॉमन हैगी क्योंकि ये हाई प्रैशर सिस्टम जो थोड़े मूँह से जाते हैं फेसल इंजरीज भी फ्रैक्चर हो सकते हैं तो हेड इंजरीज भी हो सकते हैं दूजी गल है कि क्योंकि प्रैशर काफ़ी पै रहा थोड़े से तो तुम गिर के गिरन तो बाद जो ट्रामा होंगे है कोई चीज़ थोड़ी सट बजती है या पानी फिस के थोड़ी कोई चीज़ ना सट बजती है वह सैकेंडरी जो कॉज हैगा वो ट्रामा होंगे तो तीजी गल है कि वह बाद ही है जो तुम भिज जाते पानी ना तो ठंडक का मौसम हैगा ना ठंडा पानी हैगा वह जो हाइपोथर्मिया होंगे हैगा थोड़ी डिजीज़ हो सकती हैं जो तुम मैंशन किया नमोनिया हो सकता पर वो भी फ्रॉस्ट बाइट थोड़ी उंगलियां ते जी ठंडक हो सकती है कि जिते थोड़ी उंगलियां भी नू इरिवर्सिबल डैमेज हो सकता है सो काफ़ी चीज़ा है जी तुसी इंजर हो सकते हैं ये वाटर कैन ये पानी हैगा पर प्रेशराइज ठंडा पानी हैगा जिदे नाल सिग्निफिकेंट इंजरीज हो सकती हैं खास तौर पर अपने बजुर्ग जोड़े है तुम धार मारो एक बजुर्ग न बजुर्ग थले गिर जाएंगे उन्होंने पैल्विक फ्रैक्चर हो सकते हैं उन्होंने हाइपोथर्मिया हो सकते हैं दैट्स अ डैथ सेंटेंस जेड़े बजुर्ग अपने पैल्विक फ्रैक्चर में सस्टेन होंगे है उन्होंने मोर्टैलिटी एकदम साल के डबल हो जाती है इट्स 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 अनफोर्चुनेट सो
ਇਹਨਾਂ ਚੀਜ਼ਾਂ ਤੋਂ ਅਸੀਂ ਬਚ ਕੇ ਰਹਿਣਾ ਹੈਗਾ। ਜੇ ਤੁਸੀਂ ਦੇਖੋਗੇ ਕਿ ਕੋਈ ਵਾਟਰ ਕੈਨਨ ਕੋਈ ਯੂਜ ਕਰ ਰਹੇ ਨੇ, ਤੁਸੀਂ ਅਗੇ ਟਰੈਕਟਰਸ ਕਾਫੀ ਹੈਗੇ ਨੇ, ਟਰੈਕਟਰ ਦੇ ਪਿੱਛੇ ਤੁਸੀਂ ਆ ਜਾਓ ਤਾਂ ਕਿ ਜਿਹੜੀ ਧਾਰ ਹੈਗੀ ਹੈ ਤੁਹਾਨੂੰ ਨਾ ਡਾਇਰੈਕਟ ਲੱਗੇ। ਜੇ ਤੁਸੀਂ ਫੇਸ਼ੀਅਲ ਪਾ ਸਕਦੇ ਨੇ ਓਨਾ ਚੰਗਾ, ਜਾਂ ਗੋਗਲਸ ਪਾ ਸਕਦੇ ਹੋ ਓਨਾ ਚੰਗਾ, ਕਿਉਂਕਿ ਅਗੇਨ ਟੀਅਰ ਗੈਸ ਤੋਂ ਵਾਟਰ ਕੈਨਸ ਤੋਂ ਤੁਸੀਂ ਪ੍ਰੋਟੈਕਟ ਕਰ ਸਕਦੇ ਆਪਣੇ ਆਪ ਨੂੰ। ਅਤੇ ਦੂਜੀ ਗੱਲ ਹੈਗੀ, ਜੇ ਤੁਸੀਂ ਪਾ ਸਕਦੇ ਨੇ ਰੇਨਕੋਟ ਜਾਂ ਈਵਨ ਗਾਰਬੇਜ ਬੈਗ ਤੁਸੀਂ ਆਪਣਾ ਮੋਰੀ ਬਣਾ ਕੇ ਤੁਸੀਂ ਆਪਣਾ ਲਪੇਟ ਲਓ ਤਾਂ ਕਿ ਤੁਹਾਡਾ ਸਰੀਰ ਠੰਡਾ ਨਾ ਹੋਏ, ਜਿਹੜਾ ਕੋਰ ਟੈਂਪਰੇਚਰ ਕੋਰ ਬਾਡੀ ਜਿਹੜੀ ਹੈਗੀ ਹੈ ਉਹ ਠੰਡ ਨਾ ਲੱਗੇ, ਤਾਂ ਕਿ ਤੁਸੀਂ ਆਪਣਾ ਹੀਟ ਰਿਜ਼ਰਵ ਕਰ ਸਕਦੇ ਨੇ। ਅਫਸੋਸ ਦੀ ਗੱਲ ਆ ਕਿ ਸਾਨੂੰ ਅਗੇਨ ਇਹ ਸਾਰਾ ਕੁਝ ਕਹਿਣਾ ਪੈ ਜਾਂਦਾ, ਸਰਕਾਰ ਨੂੰ ਸਮਝਣਾ ਪੈ ਚਾਹੀਦਾ ਕਿ ਇਹ ਕਿੰਨਾ ਜ਼ੁਲਮ ਕਰ ਰਹੀ ਹੈ ਆਪਣੇ ਲੋਕਾਂ 'ਤੇ। ਪਾਣੀ ਤਖ਼ਤ ਤਾਲੀਵਾਲ ਤੁਹਾਡੇ ਕੁਛ ਦੇਖੋ ਡਾਕਟਰ ਸਮਾਨ, ਮੇਰਾ ਖਿਆਲ ਸੋਨੀਪਤ ਦੇ ਬਾਰਡਰ 'ਤੇ ਰਾਤ ਦੇ 11 ਵਜੇ ਪੁਲਿਸ ਵਾਲਿਆਂ ਨੇ ਵਾਟਰ ਕੈਨ ਠੰਡਾ ਪਾਣੀ ਮਾਰਿਆ, ਜੋ ਉੱਥੇ ਕਿਸਾਨ ਰਾਤ ਲਈ ਬੈਠੇ ਸੀਗੇ, ਮਤਲਬ ਸੌਣ ਲੱਗੇ ਸੀਗੇ, ਠੀਕ ਹੈ ਜੀ, ਮਤਲਬ ਪੀਸਫੁਲੀ ਬੈਠੇ ਸੀਗੇ, ਉਹਨਾਂ 'ਤੇ ਮਾਰਿਆ ਪਾਣੀ, ਵਿੱਚੇ ਬੱਚੇ ਸੀਗੇ, ਵਿੱਚੇ ਬਜ਼ੁਰਗ ਸੀਗੇ, ਅਤੇ ਉਹ ਬੱਚੇ ਅਤੇ ਬਜ਼ੁਰਗ ਨੇ ਜੋ ਕਿ ਜਿਨ੍ਹਾਂ ਨੂੰ ਇਹ ਹਾਈਪੋਥਰਮੀਆ ਜਿਹੜਾ ਡਾਕਟਰ ਟਗੋਰ ਨੇ ਗੱਲ ਕੀਤੀ ਸਭ ਤੋਂ ਜ਼ਿਆਦਾ ਇਫੈਕਟ ਕਰਦੀ ਆ, ਠੀਕ ਹੈ ਜੀ, ਅਤੇ ਜਿਵੇਂ ਕਿ ਤੁਸੀਂ ਕਿਹਾ ਉਹ ਮਤਲਬ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਆ, ਬਾਕੀ ਜੇ ਪਰਹੇਜ਼ ਦਾ ਤਾਂ ਤੁਹਾਨੂੰ ਡਾਕਟਰ ਟਗੋਰ ਨੇ ਦੱਸ ਦਿੱਤਾ ਹੋਇਆ, ਬਟ ਜੇ ਕਿਤੇ ਤੁਹਾਡੇ ਕੋਲ ਪਰਹੇਜ਼ ਨਹੀਂ ਕਰ ਹੁੰਦਾ ਤਾਂ ਤੁਹਾਡੇ ਤੁਸੀਂ ਭਿੱਜ ਜਾਂਦੇ ਉਸ ਠੰਡੇ ਪਾਣੀ ਦੇ ਵਿੱਚ, ਅਤੇ ਜਲਦੀ ਤੋਂ ਜਲਦੀ ਉਸ ਕੱਪੜਿਆਂ ਨੂੰ ਬਦਲੋ, ਉਹਨਾਂ ਨੂੰ ਉਤਾਰੋ, ਗਰਮ ਕੱਪੜੇ ਪਾਓ, ਜੇ ਕੰਬਲ ਹੈ ਤਾਂ ਉਹਦੇ ਵਿੱਚ ਜੁੱਤੀਆਂ ਵੀ ਬਦਲ ਲਓ, ਆਪਣੀਆਂ ਜਰਾਬਾਂ ਵਗੈਰਾ ਸਭ ਕੁਛ, ਜੇ ਕੰਬਲ ਹੈ ਉਹਨਾਂ ਦੇ ਵਿੱਚ ਜੇ ਲੁਕ ਸਕਦੇ ਹਾਂ ਤਾਂ ਲੁਕ ਜਾਓ, ਅਤੇ ਕੁਛ ਨਿੱਘਾ, ਜੇ ਮਤਲਬ ਦੇਖਿਆ ਚਾਹ ਦੀ ਸੇਵਾ ਕਾਫੀ ਹੋ ਰਹੀ ਹੈ, ਜੇ ਕੁਛ ਨਿੱਘਾ ਪੀ ਹੋ ਸਕਦਾ ਹੈ ਅਤੇ ਨਿੱਘਾ ਲੱਭ ਕੇ ਕੁਛ ਪੀਓ। ਜੇ ਤੁਸੀਂ ਦੇਖਦੇ ਹਾਂ ਵੀ ਤੁਹਾਡੇ ਨਾਲ ਜੋ ਕੋਈ ਸੀਗਾ ਜਿਹਨੂੰ ਜਿਹਦੇ 'ਤੇ ਠੰਡਾ ਪਾਣੀ ਪਿਆ ਅਤੇ ਉਹਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਮਤਲਬ ਲੱਗ ਰਹੀ ਆ ਜਾਂ ਫਿਰ ਉਹ ਆਪਣੇ ਹੋਸ਼ ਵਿੱਚ ਨਹੀਂ ਹੈ, ਅਤੇ ਸ਼ਾਇਦ ਤੁਹਾਨੂੰ ਪ੍ਰੋਬਲਮ ਜ਼ਿਆਦਾ ਵੱਧ ਰਹੀ ਆ, ਬਾਡੀ ਦਾ ਟੈਂਪਰੇਚਰ ਜੋ ਹੈ ਉਹ ਜ਼ਿਆਦਾ ਗਿਰ ਰਿਹਾ ਆ, ਅਤੇ ਤੁਹਾਨੂੰ ਡਾਕਟਰ ਦੇ ਕੋਲ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਹੈ। ਮੈਂ ਅੱਗੇ ਕਹਿੰਦਾ ਹੁੰਦਾ ਕਿ ਜਦੋਂ ਵੀ ਜਿਹੜੇ ਵੀ ਮੋਰਚੇ ਜਥੇ ਜੋ ਜਾਂਦੇ ਆ ਨਾ, ਇਹਨਾਂ ਜ਼ਿਆਦਾ ਜਿਹੜੇ ਸਾਡੇ ਜੁਝਾਰੂ ਲੋਕ ਹੁੰਦੇ ਆ ਉਹ ਜਾਂਦੇ ਆ, ਅਤੇ ਸਦਾ ਹੀ ਪੰਜਾਬ ਦੀ ਹਿਸਟਰੀ ਰਹੀ ਆ ਸਾਡੇ ਜੁਝਾਰੂ ਲੋਕ ਹੀ ਮਾਰੇ ਗਏ ਆ ਜਿੰਨੀਆਂ ਵੀ ਲੜਾਈਆਂ ਹੋਈਆਂ, ਕਿਉਂਕਿ ਜਿਹੜੇ ਕੀ ਕਹੀਏ ਹੁਣ ਇਹਨਾਂ ਦਾ ਨਾਮ ਮੈਂ ਕੀ ਕਹਾਂ ਕਿ ਜਿਹੜੇ ਨਾਮ ਨਹੀਂ ਮੈਂ ਕੋਈ ਕਹਿਣਾ ਚਾਹੁੰਦਾ, ਪਰ ਜਿਹੜੇ ਪਿੱਛੇ ਰਹਿ ਜਾਂਦੇ ਆ ਉਹ ਹੀ ਬਚ ਜਾਂਦੇ ਆ ਅਤੇ ਉਹ ਹੀ ਅੱਗੇ ਕੌਮ ਨੂੰ ਤੋਰਦੇ ਆ, ਅਤੇ ਇਸ ਲਈ ਸ਼ਾਇਦ ਸਾਡੀ ਜਿਹੜੀ ਕੌਮ ਹੈ ਉਹ ਮਾੜੀ ਹੋਈ ਜਾਂਦੀ ਆ। ਪਰ ਮੈਂ ਸਾਰੇ ਜਿਹੜੇ ਵੀਰ ਜਾਣਦੇ ਆ ਮੈਂ ਉਹਨਾਂ ਨੂੰ ਇਹੋ ਗੱਲ ਕਹੂੰਗਾ ਕਿ ਆਉਣ ਵਾਲੀਆਂ ਸਰਕਾਰਾਂ ਵੀ ਤੋਂ ਹੀ ਬਣਾਉਣੀਆਂ, ਉਹ ਸਰਕਾਰਾਂ ਵਿੱਚ ਤੁਹਾਡਾ ਹੱਥ ਹੋਣਾ ਚਾਹੀਦਾ, ਅਤੇ ਉਹ ਫਿਰ ਹੀ ਹੋਊਗਾ ਜੇ ਤੁਸੀਂ ਜ਼ਿੰਦਾ ਰਹੋਗੇ, ਤੁਸੀਂ ਚੜ੍ਹਦੀ ਕਲਾ 'ਚ ਰਹੋਗੇ। ਇਸ ਲਈ ਬਹੁਤ ਜ਼ਰੂਰੀ ਆ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਦਲੇਰ ਤੁਸੀਂ ਕੌਮ ਹੋ ਪਰ ਫਿਰ ਵੀ ਆਪਣੇ ਆਪ 'ਤੇ ਜੋ ਤੁਸੀਂ ਪ੍ਰਿਕੋਸ਼ਨ ਲੈ ਸਕਦੇ ਹੋ ਜ਼ਰੂਰ ਲਓ, ਕਿਉਂਕਿ ਕੱਲ੍ਹ ਤੁਹਾਡਾ ਜੇ ਤੁਸੀਂ ਨਾ ਰਹੇ ਤਾਂ ਕੌਣ ਲੜਾਈਆਂ ਲੜੂਗਾ, ਠੀਕ ਆ। ਸੋ ਬਾਕੀ ਵੂਡ ਕੇਅਰ ਦੀ ਗੱਲ ਕਰੀਏ, ਜਦੋਂ ਉਹਨਾਂ ਨੂੰ ਸੋਟੀਆਂ ਮਾਰੀਆਂ ਗਈਆਂ, ਡਾਂਗਾਂ ਮਾਰੀਆਂ ਗਈਆਂ, ਲੋਕਾਂ ਦੇ ਹੱਥ ਛਿੱਲੇ ਗਏ, ਕਿਸੇ ਦੇ ਮੋਢੇ ਛਿੱਲੇ ਗਏ, ਲੱਕ ਛਿੱਲੇ ਆ, ਲੱਤਾਂ 'ਤੇ, ਉਹਨਾਂ ਬਾਰੇ ਡਾਕਟਰ ਤਾਲੀਵਾਲ ਕੋਈ ਗੱਲਬਾਤ? ਸਭ ਤੋਂ ਪਹਿਲਾਂ ਤੇ ਡਾਕਟਰ ਸਮਾਨ, ਜਿੱਥੇ ਵੀ ਜ਼ਖਮ ਹੈ ਉਹਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਆ, ਅਤੇ ਅਗੇਨ ਉਹੀ ਪ੍ਰੋਬਲਮ ਆਉਂਦੀ ਆ ਸਾਨੂੰ ਪਾਣੀ ਦੀ, ਹੈ ਨਾ, ਜੋ ਬਾਹਰ ਉੱਥੇ ਬੈਠੇ ਨੇ ਉਹ ਸਾਫ਼ ਪਾਣੀ ਦੀ ਪ੍ਰੋਬਲਮ ਆਉਂਦੀ ਆ, ਹੱਥ ਧੋ ਕੇ ਉਹ ਹੱਥ ਤੁਹਾਡੇ ਸਾਫ਼ ਹੋਣੇ ਚਾਹੀਦੇ ਨੇ, ਅਤੇ ਕੋਈ ਵੀ ਪੱਟੀ ਜਾਂ ਕੱਪੜਾ ਲੈ ਕੇ ਉਸ ਜ਼ਖਮ ਦੇ ਉੱਤੇ ਪ੍ਰੈਸ਼ਰ ਦਬਾ ਪਾਇਆ ਜਾਵੇ ਤਾਂ ਕਿ ਖੂਨ ਰੁਕ ਸਕੇ। ਡਾਕਟਰ ਟਗੋਰ ਜੀ, ਜ਼ਰੂਰ, ਜਿਹੜੇ ਵੀ ਜ਼ਖਮ ਹੋਣਗੇ, ਮੈਂ ਦੇਖ ਰਿਹਾ ਹੈਗਾ ਕਿ ਕਾਫੀ ਆਪਣੇ ਸਿੰਘ ਜਿਹੜੇ ਹੈਗੇ ਆ ਕਾਫੀ ਚੋਟਾਂ ਦਾ ਸੱਟਾ ਖਾ ਕੇ ਫਿਰ ਵੀ ਤੁਰ ਰਹੇ ਨੇ, ਫਿਰ ਵੀ ਅੱਗੇ ਵੱਧਦੇ ਨੇ, ਅਤੇ ਕੋਈ ਮੈਡੀਕਲ ਟੈਂਸ਼ਨ ਨਹੀਂ ਦੇਖ ਰਹੇ ਨੇ, ਅਤੇ ਮੈਡੀਕਲ ਟੈਂਸ਼ਨ ਆਪਣੇ ਯੂਨੋ ਇਲਾਜ ਨਹੀਂ ਕਰਾ ਰਹੇ, ਅਤੇ ਕਈ ਲੋਕ ਕਹਿ ਰਹੇ ਕਿ ਅਸੀਂ ਇੱਥੇ ਹੈਗੇ, ਅਸੀਂ ਇੱਥੇ ਜਾ ਰਹੇ ਹੈਗੇ, ਅਸੀਂ ਹੋਰ ਕਿਤੇ ਨਹੀਂ ਜਾਣਾ, ਅਤੇ ਬੜਾ ਮਾਣ ਹੁੰਦਾ ਜੀ ਦੇਖ ਕੇ, ਪਰ ਫਿਰ ਵੀ ਕਈ ਚੀਜ਼ਾਂ ਮੈਡੀਕਲ ਟੈਂਸ਼ਨ ਦੀ ਜ਼ਰੂਰਤ ਹੈਗੀ ਹੈ, ਕਿ ਅਤੇ ਕਈ ਚੀਜ਼ਾਂ ਨੂੰ ਤੁਸੀਂ ਆਪ ਤੁਸੀਂ ਹੈਂਡਲ ਕਰ ਸਕਦੇ ਨੇ, ਜਿੱਥੇ ਤੱਕ ਤੁਹਾਡਾ ਛਿੱਲਿਆ ਕੋਈ ਜਾਂ ਹੱਥ ਮਾੜਾ ਛੋਟਾ ਵੱਜਿਆ ਗਿਆ ਹੈਗਾ ਤੁਸੀਂ ਆਪਣਾ ਸਾਫ਼ ਰੱਖ ਸਕਦੇ ਹਾਂ, ਸਭ ਸੁਥਰਾ ਰੱਖ ਸਕਦੇ ਹਾਂ, ਪਰ ਜੇ ਕੋਈ ਬਲੀਡਿੰਗ ਜਿਹੜੀ ਹੈਗੀ ਹੈ ਕਾਫ਼ੀ ਵੱਡਾ ਲੈਸਰੇਸ਼ਨ ਹੋਏ ਜਾਂ ਜ਼ਖਮ ਹੋਏ
ਉਹਨੂੰ ਮੈਡੀਕਲ ਅਟੈਂਸ਼ਨ ਪਲੀਜ਼ ਜ਼ਰੂਰ ਸੀਕ ਕਰਾਂ, ਕਿਉਂਕਿ ਉਹਦੇ ਸੈਲ ਸਟਿਚਸ ਵੀ ਨੋਨ ਹੋਣਗੇ, ਉਹ ਇਨਫੈਕਸ਼ਨ ਵੀ ਹੋ ਸਕਦੇ ਨੇ ਕਾਫੀ ਜਲਦੀ, ਸਪੈਸ਼ਲੀ ਕਿਉਂਕਿ ਤੁਸੀਂ ਬਾਹਰ ਇਨਵਾਇਰਮੈਂਟ ਦੇ ਵਿੱਚ ਹੈਗੇ ਨੇ। ਅਤੇ ਦੂਜੀ ਗੱਲ ਹੈਗੀ ਹੈ ਕਿ ਜੇ ਤੁਸੀਂ ਕੋਈ ਹੈਡ ਇੰਜਰੀ ਕੋਈ ਸਸਟੇਨ ਹੋਈ ਹੈ, ਤੁਸੀਂ ਗਿਰ ਗਏ ਹੈ, ਸਿਰ ਨੂੰ ਕੋਈ ਸੱਟ ਵੱਜੀ ਹੈਗੀ ਹੈ, ਜਾਂ ਵਾਟਰ ਕੈਨ ਨੇ ਵੀ ਸੱਟ ਤੁਹਾਡੇ ਸਿਰ 'ਤੇ ਮਾਰ ਲੱਗਿਆ ਹੈਗਾ ਕਿ ਕਾਫੀ ਜ਼ੋਰ ਨਾਲ, ਅਤੇ ਕੋਈ ਤੁਹਾਡੀ ਜਿੱਦਾਂ ਡਾਕਟਰ ਤਾਲੀਵਾਲ ਕਹਿ ਰਿਹਾ ਸੀ, ਠੰਡ ਕਰਕੇ ਤੁਹਾਡੀ ਆਲਟਰਮੈਂਟਲ ਹੋ ਸਕਦੀ ਹੈ ਕਿ ਤੁਹਾਡੇ ਹੋਸ਼ ਨਾ ਰਹੇ ਜਾਂ ਤੁਹਾਡੇ ਮੈਂਟਲ ਸਟੇਟਸ ਚੇਂਜ ਹੋ ਗਈ, ਪਰ ਉਹ ਵੀ ਇੰਜਰੀ ਕਰਕੇ ਵੀ ਹੋ ਸਕਦਾ, ਜਾਂ ਕੋਈ ਉਲਟੀਆਂ ਲੱਗ ਗਈਆਂ, ਉਦੋਂ ਤੁਹਾਨੂੰ ਜ਼ਰੂਰ ਮੈਡੀਕਲ ਅਟੈਂਸ਼ਨ ਸੀਕ ਕਰਨਾ ਚਾਹੀਦਾ ਹੈਗਾ। ਕੈਂਟ ਐਕਸਪ੍ਰੈਸ ਇਨਫ ਕਿ ਤੁਹਾਡਾ ਸਿਹਤ ਅਤੇ ਆਪਣੀ ਹੈਲਥ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਹੈ, ਤੁਸੀਂ ਆਪਣਾ ਸਿਹਤ ਅਤੇ ਖਿਆਲ ਰੱਖਣਾ ਹੈਗਾ। ਇੱਕ ਮੈਂ ਵੀਰ ਦੇਖਿਆ ਸੀਗਾ ਕਿ ਵਾਟਰ ਕੈਨ ਨਾਲ ਉਹਦੇ ਪੂਰੇ ਬਰੂਜ਼ਸ ਲੱਗੇ ਸੀ ਬਾਂਹ ਦੇ ਪਿੱਛੇ ਤੱਕ, ਅਤੇ ਯੂਨੋ ਜਿੱਥੇ ਤੱਕ ਮੈਂ ਦੇਖਦਾ ਹੈਗਾ ਜਸਟ ਓਵਰ ਦਾ ਵੀਡੀਓ, ਉਹ ਆਪਣੇ ਸਾਰੇ ਜੁਆਇੰਟਸ ਹਿਲਾ ਸਕਦੇ ਸੀਗੇ, ਸਾਰੇ ਜੁਆਇੰਟਸ ਹਿੱਲ ਰਹੇ ਸੀਗੇ, ਸਾਰਾ ਕੁਛ ਚੱਕ ਸਕਦੇ ਸੀਗੇ, ਚਲੋ ਠੀਕ ਹੈ ਖਿੱਚੀ ਜਾਓ, ਬਟ ਐਜ਼ ਸੂਨ ਐਜ਼ ਯੂ ਕੈਨ ਮੂਵ ਅ ਜੁਆਇੰਟ, ਅਤੇ ਜੁਆਇੰਟ ਹਿੱਲਦਾ ਨਹੀਂ ਹੈਗਾ ਜਾਂ ਮੂਵ ਨਹੀਂ ਹੋ ਸਕਦਾ, ਉਦੋਂ ਮੈਡੀਕਲ ਅਟੈਂਸ਼ਨ ਸੀਕ ਕਰੋ। ਸੋ ਥੋੜ੍ਹੀ ਜਿਹੀ ਚੀਜ਼ਾਂ ਹੈਗੀਆਂ, ਮੈਨੂੰ ਪਤਾ ਮੁਸ਼ਕਲ ਟਾਈਮ ਹੈਗਾ, ਅਤੇ ਯੂਨੋ ਕਈ ਲੋਕ ਨਹੀਂ ਯੂਨੋ ਦੇਖਣਾ ਚਾਹੁੰਦੇ ਆਪਣਾ ਖਿਆਲ, ਪਰ ਜ਼ਰੂਰ ਆਪਣਾ ਖਿਆਲ ਰੱਖੋ। ਮੈਂ ਇੱਕ ਚੀਜ਼ ਕਹਿਣਾ ਚਾਹਾਂਗੀ, ਆਪਾਂ ਵੂੰਡ ਕੇਅਰ ਦੀ ਗੱਲ ਕੀਤੀ ਹੈ, ਜੇ ਕੋਈ ਚੀਜ਼ ਵਿੱਚ ਤੁਹਾਡੇ ਖੁੱਭ ਜਾਂਦੀ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਪਲੀਜ਼ ਡਾਕਟਰ ਕੋਲ ਜਾਓ, ਕਿਉਂਕਿ ਜਿਵੇਂ ਕਿ ਡਾਕਟਰ ਟੈਗੋਰ ਨੇ ਕਿਹਾ ਸ਼ਾਇਦ ਤੁਹਾਨੂੰ ਟਾਂਕਿਆਂ ਦੀ ਵੀ ਜ਼ਰੂਰਤ ਪੈ ਸਕਦੀ ਆ। ਪ੍ਰੋਬਲਮ ਆਈਆਂ ਜ਼ਿਆਦੀਆਂ, ਮੈਂ ਤੇ ਮੈਨੂੰ ਇਹਨਾਂ ਦਾ ਵੀ ਆਪਣਿਆਂ ਦਾ ਵੀ ਪਤਾ, ਕਿਉਂਕਿ ਪਿੰਡ 'ਚ ਰਹੇ ਹਾਂ, ਇਹਨਾਂ ਲੋਕਾਂ ਨਾਲ ਰਹੇ, ਇਹਨਾਂ ਦੇ ਪਤਾ ਕੀ ਇਹਨਾਂ ਦੀ ਸਾਈਕੀ ਕੀ ਆ, ਇਹ ਪਿੱਛੇ ਮੁੜਨ ਵਾਲੇ ਲੋਕ ਨਹੀਂ, ਨਾ ਹੀ ਇਹ ਹੋਸਪਿਟਲਾਂ ਵਿੱਚ ਜਾਣ ਵਾਲੇ ਲੋਕ ਆ। ਮੈਂ ਫਿਰ ਆਪਣੇ ਡਾਕਟਰ ਵੀਰਾਂ ਨੂੰ ਕਹੂੰਗਾ ਕਿ ਤੁਹਾਨੂੰ ਹੀ ਅੱਗੇ ਆਉਣਾ ਪਊਗਾ, ਜਿਹੜੇ ਮੇਰੇ ਵੀਰ ਪ੍ਰਾਈਵੇਟ ਕਲੀਨਿਕਾਂ ਚਲਾਉਂਦੇ ਆ ਜਾਂ ਉਹ ਟਾਈਮ ਲੈ ਸਕਦੇ ਹੋ ਹੋਸਪਿਟਲਾਂ ਤੋਂ, ਤੁਸੀਂ ਆਫ ਲੈ ਕੇ ਭਾਵੇਂ ਬੰਨ ਲਓ, ਇੱਕ ਇੱਕ ਦੋ ਦੋ ਦਿਨਾਂ ਦੀਆਂ ਬੰਨ ਲਓ ਵਾਰੀਆਂ, ਤੁਹਾਨੂੰ ਵੀ ਦਿੱਲੀ ਜਾਣਾ ਪਊਗਾ ਇਹਨਾਂ ਦੇ ਵੂੰਡਸ ਦੀ, ਇਹਨਾਂ ਦੀ ਜਿਹੜੀ ਅੱਜ ਆਪਾਂ ਗੱਲਬਾਤ ਸੁਣਦੇ ਹਾਂ ਉਹਨਾਂ ਦੀ ਟ੍ਰੀਟਮੈਂਟ ਦੇਣ ਲਈ ਤੁਹਾਨੂੰ ਵੀ ਅੱਗੇ ਵਧਣਾ ਪਊਗਾ। ਤੁਹਾਡੀਆਂ ਕਲੀਨਿਕਾਂ, ਤੁਹਾਡੀਆਂ ਦੁਕਾਨਾਂ, ਤੁਹਾਡਾ ਸਭ ਕੁਝ ਫੇਰ ਹੀ ਚੱਲੂਗਾ ਜੇ ਤੁਹਾਡੇ ਵੀਰ, ਤੁਹਾਡੇ ਕਿਸਾਨ, ਤੁਹਾਡੇ ਤੁਹਾਡਾ ਪੰਜਾਬ ਜਿੰਦਾ ਰਹੂਗਾ। ਸੋ ਆਪਾਂ ਵੀ ਅੱਗੇ ਆਈਏ, ਜਿੰਨੇ ਡਾਕਟਰ ਆ ਭਾਵੇਂ ਉਹ ਅਮੈਰੀਕਾ 'ਚ, ਕੈਨੇਡਾ 'ਚ, ਜਿੱਥੇ ਮਰਜ਼ੀ ਬੈਠੇ ਆ, ਜਿਹੜੇ ਉੱਥੇ ਵਾਪਸ ਜਾ ਸਕਦੇ ਆ ਜਾਓ। ਮੈਂ ਇਹ ਨਹੀਂ ਕਹਿੰਦਾ ਤੁਸੀਂ ਪ੍ਰੋਟੈਸਟ ਕਰੋ ਜਾ ਕੇ, ਪਰ ਐਟਲੀਸਟ, ਕਿਉਂਕਿ ਜੇ ਬਾਹਰਲੇ ਦੇਸ਼ਾਂ 'ਚ ਹੀ ਵੇਖਦੇ ਆ ਨਾ, ਕਿਉਂਕਿ ਸ਼ਾਇਦ ਇਹਨਾਂ ਨੇ, ਆ ਜਿਹੜੀ ਸਰਕਾਰ ਆ ਇਹਨੇ ਇਹੋ ਵੇਖਿਆ ਕਿ ਬਾਹਰਲੇ ਦੇਸ਼ਾਂ 'ਚ ਕੈਨ ਸੁੱਟਦੇ ਆ, ਪਾਣੀ ਸੁੱਟਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਸਦਾ ਐਂਬੂਲੈਂਸਾਂ ਲੱਗੀਆਂ ਹੁੰਦੀਆਂ ਸਾਈਡ 'ਤੇ, ਅਤੇ ਜਦੋਂ ਵੀ ਕੋਈ ਕੋਈ ਇੰਜਰੀ ਹੁੰਦੀ ਆ ਉਹ ਐਂਬੂਲੈਂਸਾਂ ਚੁੱਕ ਕੇ ਉਹਨਾਂ ਨੂੰ ਹੋਸਪਿਟਲ ਲੈ ਕੇ ਆ ਜਾਂਦੀਆਂ, ਜਿੱਦਾਂ ਡਾਕਟਰ ਟੈਗੋਰ ਵਰਗੇ ਡਾਕਟਰਾਂ ਦੇ ਕੋਲ। ਸੋ ਇਹ ਪੁਲਿਸ ਵਾਲਿਆਂ ਦੀ ਵੀ ਟੇਕ ਕੇਅਰ ਕਰਦੇ ਆ, ਪੇਸ਼ੈਂਟਸ ਦੀ ਵੀ ਟੇਕ ਕੇਅਰ ਕਰਦੇ ਆ, ਅਤੇ ਸਾਡੇ ਤਾਂ ਉੱਥੇ ਮੀਲੋ ਮੀਲ ਕੋਈ ਐਂਬੂਲੈਂਸ ਨਹੀਂ, ਕੋਈ ਹੋਸਪਿਟਲ ਨਹੀਂ, ਉਹ ਜਿਹੜੇ ਵਿਚਾਰੇ ਲੋਕ ਆ ਉਹ ਕੀ ਕਰਨ। ਸੋ ਮੈਂ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਆ ਕਿ ਇਹ ਨਾ ਹੋਵੇ, ਸਰਕਾਰ ਨੂੰ ਇਹ ਚੇਤਾਵਨੀ ਆ ਕਿ ਇਹ ਨਾ ਹੋਵੇ ਕਿ ਜਿਹੜੇ ਫੌਜੀ ਸਾਡੇ ਬਾਹਰ ਬੇਸਾਂ 'ਤੇ ਬੈਠੇ ਆ ਉਹ ਆਪਣੇ ਬਾਪੂਆਂ ਨੂੰ ਡਾਂਗਾਂ ਖਾਂਦੇ, ਇਹ ਨਾ ਹੋਵੇ ਆਪਣੀ ਉੱਥੇ ਬੰਦੂਕਾਂ ਉੱਥੇ ਸੁੱਟ ਕੇ ਅਤੇ ਵਾਪਸ ਮੁੜਨ। ਸੋ ਧਿਆਨ ਨਾਲ, ਇਹ ਤੁਹਾਡੀ ਆਵਾਮ ਆ, ਇਹਦੇ ਨਾਲ ਧਿਆਨ ਨਾਲ ਵਰਤੋ। ਬਾਕੀ ਟੈਗੋਰ, ਡਾਕਟਰ ਟੈਗੋਰ, ਐਨੀਥਿੰਗ ਐਲਸ ਯੂ ਵਾਂਟ ਟੂ ਐਡ ਔਨ, ਯੂ ਨੋ, ਐਨੀ ਕਾਈਂਡ ਹੈਡ ਇੰਜਰੀਜ਼ ਜਾਂ ਫ੍ਰੈਕਚਰ ਜਾਂ ਐਨੀਥਿੰਗ ਦੈਟ ਆਈ ਡਿਡਨਟ, ਮੈਂ ਚੀਜ਼ ਉਹ ਨਾ ਪੁੱਛੀ ਹੋਵੇ ਜਿਹੜੀ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ? ਨਹੀਂ ਜੀ, ਇਹੀ ਹੈਗਾ ਕਿ ਜੇ ਕੋਈ ਫ੍ਰੈਕਚਰ ਹੋਏ ਐਕਸਟ੍ਰੀਮਿਟੀ 'ਤੇ ਤੁਸੀਂ ਸਪਲਿੰਟ ਕਰ ਸਕਦੇ ਨੇ, ਸੋ ਤੁਸੀਂ ਇਮੋਬਲਾਈਜ਼ ਕਰਨਾ ਹੋਏ ਕਿਉਂਕਿ ਤਾਂ ਕਿ ਜ਼ਿਆਦਾ ਯੂਨੋ ਦਰਦ ਨਾ ਹੋਏ ਬੇਸਿਕਲੀ। ਸੋ ਜਿੱਥੇ ਤੱਕ ਤੁਸੀਂ ਕੋਈ ਡਿਫੋਰਮਿਟੀ ਹੋਏ, ਜਿੱਥੇ ਤੱਕ ਹੱਥ ਪੂਰਾ ਡਿਫੋਰਮ ਹੋ ਜਾਏ ਜਾਂ ਕੋਈ ਜਿੱਦਾਂ ਓਪਨ ਫ੍ਰੈਕਚਰ ਹੋਏ, ਕੋਈ ਤਰੀਕਾ ਲੱਭੋ ਜਿੱਥੇ ਤੱਕ ਤੁਸੀਂ ਉਹਨੂੰ ਇਮੋਬਲਾਈਜ਼ ਕਰ ਸਕਦੇ ਤਾਂ ਕਿ ਜ਼ਿਆਦਾ ਜ਼ਖਮ ਨਾ ਹੋਏ। ਜਿਹੜੀ ਜੁਆਇੰਟਸ ਹੈਗੀਆਂ, ਜਿੱਥੇ ਜੇ ਕੋਈ ਬਾਂਹ ਦੇ ਇੱਥੇ ਕੋਈ ਫ੍ਰੈਕਚਰ ਹੋ ਜਾਏ, ਫਰਜ਼ ਕਰੋ, ਤੁਸੀਂ ਜੁਆਇੰਟ ਅਬਵ ਅ ਜੁਆਇੰਟ ਬਿਲੋ ਨੂੰ ਤੁਸੀਂ ਇਮੋਬਲਾਈਜ਼ ਕਰੋ ਤਾਂ ਕਿ ਉਹ ਜਿਹੜਾ ਬੋਨ ਹੈ ਜਾਂ ਹੱਡੀ ਉਹ ਹਿੱਲੇ ਨਾ। ਸੋ ਕਈ ਲੋਕ ਬ੍ਰਾਂਚਿਸ ਨੂੰ ਜਾਂ ਪੇੜਾਂ ਨੂੰ ਜਾਂ ਕੋਈ ਕੋਈ ਵੀ ਜਿਹੜੀ ਕੋਈ ਸਖ਼ਤ ਜਿਹੀ ਆਬਜੈਕਟ ਹੈਗੀ ਉਹਨੂੰ ਨਾਲ ਬੰਨ ਕੇ ਬਾਂਹ ਦੇ ਨਾਲ ਜਾਂ ਲੱਤ ਦੇ ਨਾਲ ਰੱਖਦੇ ਹੈਗੇ ਆ ਤਾਂ ਕਿ ਉਹ ਹਿੱਲੇ ਨਾ। ਸੋ ਬਾਕੀ ਇਹੀ ਹੈਗਾ ਕਿ ਤੁਸੀਂ ਆਪਣਾ ਖਿਆਲ ਰੱਖਣਾ ਹੈਗਾ ਪਾਣੀ ਨਾਲ, ਸਪੈਸ਼ਲੀ ਤੁਸੀਂ ਜ਼ਰੂਰ ਸਟੇ ਆਊਟ ਆਫ ਦ ਸਟ੍ਰੀਮ, ਅਤੇ ਕੋਈ ਹੈਵੀ ਆਬਜੈਕਟ ਦੇ ਪਿੱਛੇ ਜਾਂ ਕੋਈ ਸਿਕਿਓਰ ਆਬਜੈਕਟ ਦੇ ਪਿੱਛੇ ਤੁਸੀਂ ਰਹੋ, ਅਤੇ ਕੈਨਨ ਦੇ ਵੱਲ ਨਾ ਦੇਖੋ ਨਾ। ਤੁਸੀਂ ਕਈ ਲੋਕ ਅੱਖਾਂ ਨਾਲ ਮਿਲਾਉਂਦੇ, ਕੈਨਨ ਨਾਲ ਦੇਖਦੇ ਹੈਗੇ ਆ, ਉਹ ਸਭ ਤੋਂ ਜ਼ਿਆਦਾ ਇੰਜਰੀ ਅੱਖਾਂ ਨਾਲ ਹੀ ਹੁੰਦੀ ਹੈਗੀ ਹੈ ਜਦੋਂ ਤੁਸੀਂ ਦੇਖ ਰਹੇ ਨੇ ਉਸ ਚੀਜ਼ ਨੂੰ। ਸੋ ਇਹੀ ਹੈਗਾ ਕਿ ਬਸ ਖਿਆਲ ਰੱਖਣਾ ਆਪਣਾ। ਡਾਕਟਰ ਤਾਲੀਵਾਲ, ਐਨੀਥਿੰਗ ਐਲਸ ਯੂ ਵਾਂਟ ਟੂ ਐਡ?
Just to reiterate, सर्दी सट जिहड़ी उह बहुत सीरियस हो सकदी आ ते जे तुहानूं लग रिहा है कि मतलब तुहानूं निगाह च तुहाडे च फर्क पै रिहा है, तुहाडे बोलण च तुहानूं तकलीफ आ रही आ, चक्कर आ रहे ने, या फिर उल्टियां आ रही ने, ते प्लीज़ डॉक्टर कोल जाओ ते अपना चैकअप करवाओ. अगेन मैं कल्ले मन्नू नूं नहीं, सॉरी मोदी प्रधानमंत्री मोदी साहब नूं नहीं कल्ला ब्लेम करदा, इहदे पिछे बहुत लोकां दा ब्लेम है. असीं उह सारे नूं ब्लेम करदे हां जिन्हां ने इत्थों तक गल लै के इत्थों तक पहुँची कि कोविड दे विच साडे किसानां नूं मार्च करना पैन दिया. मैं बाकी अगे अर्ज करदा यूथ नूं कि बजुर्गां नूं ना जाण दो, आप जाओ. जिन्हों कोई डायबिटीज़ है, हाइपरटेंशन है, वह ना जाए ज बच के रवे. पग ना अपना मूल वेटने की कोशिश करो वो तो वह. होपफुली सानू ये दोबारा कोई ऐसा कभी भी शो ना करना पवे जिते सानू इह जिहियां गल्लां करनियां पैण. ते बाकी अपने आप की प्रोटैक्शन रखो, ते तुसी जरूर कामयाब हो गए. असी अरदास करांगे कि तुहाडी कामयाबी लई, क्योंकि तुहाडी कामयाबी विच साडी कामयाबी आ. वाहिगुरू जी का खालसा, वाहिगुरू जी की फतह.